ਵਿੰਗੇ ਟੇਡੇ ਮੋੜ ਆਉਣਗੇ ਪੈਰਾਂ ਥੱਲੇ ਰੋੜ ਆਉਣਗੇ। ਵਿੰਗੇ ਟੇਡੇ ਮੋੜ ਆਉਣਗੇ ਪੈਰਾਂ ਥੱਲੇ ਰੋੜ ਆਉਣਗੇ। ਧੁੱਪਾਂ ਦੇਖ ਕੇ ਡਰ ਨਾ ਜਾਵੀਂ ਅੱਗੇ ਸੰਘਣੇ ਬੋੜ ਆਉਣਗੇ। ਹਰ ਕੋਈ ਹਮਰਾਜ ਨਹੀਂ ਬਣਦਾ ਰਾਹ ਵਿੱਚ ਲੋਕ ਕਰੋੜ ਹੋਣਗੇ। ਕੁਝ ਦੁੱਖਾਂ ਵਿੱਚ ਨਾਲ ਖੜਨਗੇ ਅਤੇ ਕੁਝ ਪੈ ਗਈ ਤਾਂ ਲੋੜ ਆਉਣਗੇ। ਕੁਝ ਦੁੱਖਾਂ ਵਿੱਚ ਨਾਲ ਖੜਨਗੇ ਅਤੇ ਕੁਝ ਪੈ ਗਈ ਤਾਂ ਲੋੜ ਆਉਣਗੇ। ਜ਼ਿੰਦਗੀ ਦੀਆਂ ਸੱਚਾਈਆਂ ਬਿਆਨ ਕਰਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਇ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਅੱਜ ਥੋੜ੍ਹਾ ਵੱਖਰੀ ਤਰ੍ਹਾਂ ਦਾ ਹੋਏਗਾ, ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਦੁੱਖ ਪ੍ਰਗਟ ਕਰਨਾ ਚਾਹੁੰਦਾ ਸਾਡੇ ਅਦਾਰੇ ਵੱਲੋਂ ਸਰਦਾਰ ਮਿਲਖਾ ਸਿੰਘ ਜਿਹੜੇ ਫਲਾਇੰਗ ਸਿੱਖ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਸੀ। ਇੱਕ ਸਿੱਖਾਂ ਦੀ ਪਛਾਣ ਜਿਹੜੀ ਆ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਬਣਾਈ ਸੀਗੀ। ਉਹ ਕਰੋਨਾ ਨਾਲ ਪੀੜਿਤ ਸੀਗੇ, 91 ਸਾਲ ਉਮਰ ਸੀਗੀ ਅਤੇ ਉਹ ਇੰਡੀਆ ਦੇ ਹਿਸਾਬ ਨਾਲ ਹਿਸਾਬ ਲਾਈਏ ਤਾਂ ਰਾਤੀ ਉਹਨਾਂ ਦੀ ਡੈੱਥ ਹੋ ਗਈ। ਇਸ ਤੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਹਜੇ ਉਹਨਾਂ ਦੀ ਪਤਨੀ ਨਿਰਮਲ ਕੌਰ ਜਿਹੜੇ ਸੀ ਉਹਨਾਂ ਦੀ ਡੈੱਥ ਹੋਈ ਸੀ, ਉਹ ਵੀ ਕਰੋਨਾ ਨਾਲ ਪੀੜਿਤ ਸੀਗੇ। ਸੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਹੁਣ ਗੱਲ ਕਰੀਏ ਜੀ ਅੱਜ ਦੇ ਪ੍ਰੋਗਰਾਮ ਦੀ। ਆਮ ਤੌਰ 'ਤੇ ਅੱਜ ਦੇ ਦਿਨ ਫੇਸਬੁੱਕ ਡਾਕੀਆ ਹੁੰਦਾ, ਪਰ ਅੱਜ ਫੇਸਬੁੱਕ ਡਾਕੀਆ ਨਹੀਂ ਹੈ। ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣੋਗੇ। ਇੱਕ ਤਾਂ ਪਹਿਲੀ ਗੱਲ ਇਹ ਹੈ ਵੀ ਈਵੈਂਟਸ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ ਆਲ ਓਵਰ ਅਮਰੀਕਾ ਦੇ ਵਿੱਚ, ਬਲਕਿ ਆਲ ਓਵਰ ਦੁਨੀਆ ਦੇ ਵਿੱਚ, ਇੱਕ ਥੋੜ੍ਹਾ ਭਾਰਤ ਨੂੰ ਛੱਡ ਕੇ ਜਾਂ ਏਸ਼ੀਆ ਨੂੰ ਛੱਡ ਕੇ ਈਵੈਂਟ ਸ਼ੁਰੂ ਹੋ ਗਈਆਂ ਨੇ। ਬਹੁਤ ਸਾਰੀਆਂ ਧਾਰਮਿਕ ਈਵੈਂਟ ਸ਼ੁਰੂ ਹੋ ਗਈਆਂ ਨੇ, ਸੋਸ਼ਲ ਸ਼ੁਰੂ ਹੋ ਗਈਆਂ ਨੇ, ਐਂਟਰਟੇਨਮੈਂਟ ਦੀਆਂ ਖੇਡ ਮੇਲੇ ਵਗੈਰਾ ਵੀ ਸ਼ੁਰੂ ਹੋ ਰਹੇ ਨੇ ਬਹੁਤ ਛੇਤੀ। ਸੋ ਅੱਜ ਦਾ ਪ੍ਰੋਗਰਾਮ ਇਸੇ ਕੜੀ ਵਾਸਤੇ ਹੀ ਹੋਏਗਾ ਕਿ ਇੱਕ ਤਾਂ ਆਉਣ ਵਾਲੇ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਕਿੰਨਾ ਕੁ ਦਰਸ਼ਕ ਹੰਗਾਰਾ ਭਰਨਗੇ। ਕੁਛ ਲੋਕ ਤਾਂ ਇਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ, ਕੋਈ ਵੀ ਈਵੈਂਟ ਹੋਏਗੀ ਚਾਹੇ ਉਹ ਧਾਰਮਿਕ ਹੈ, ਸਮਾਜਿਕ ਹੈ, ਸੋਸ਼ਲ ਹੈ, ਸਪੋਰਟਸ ਹੈ, ਖੇਡਾਂ ਨੇ, ਕਲਚਰਲ ਹੈ ਚਾਹੇ, ਤਾਂ ਉਹਨੂੰ ਬਹੁਤ ਦੁਨੀਆ ਵੱਧ ਚੜ੍ਹ ਕੇ ਸਹਿਯੋਗ ਦੇਵੇਗੀ ਕਿਉਂਕਿ ਲੋਕ ਘਰਾਂ ਦੇ ਅੰਦਰ ਤੜੇ ਹੋਏ ਨੇ। ਐਂਟਰਟੇਨਮੈਂਟ ਦੀ ਗੱਲ ਕਰੀਏ ਤਾਂ ਇੱਕ ਸਮਾਂ ਇਹ ਲੱਗਦਾ ਸੀ ਇਉਂ ਵੀ ਸਿਨੇਮਾ ਜਿਹੜਾ ਬਿਲਕੁਲ ਬੰਦ ਹੋ ਜਾਏਗਾ, ਅਤੇ ਪਰ ਹੁਣ ਜਿਹੜਾ ਮਾਹੌਲ ਲੱਗਦਾ ਲੋਕ ਉਤਾਵਲੇ ਨੇ ਸਿਨੇਮਾ ਘਰਾਂ ਦੇ ਵਿੱਚ ਫਿਲਮਾਂ ਦੇਖਣ ਵਾਸਤੇ। ਕਿਉਂਕਿ ਸਿਰਫ ਫਿਲਮ ਦੇਖਣ ਦਾ ਮਤਲਬ ਨਹੀਂ ਹੁੰਦਾ, ਬੇਸ਼ੱਕ ਘਰ ਅਸੀਂ ਬਹੁਤ ਵੱਡੇ ਥੀਏਟਰ ਬਣਾਏ ਨੇ, ਬਹੁਤ ਵੱਡੀ ਆਡੀਓ ਉਡੀਓ ਲਾਈ ਹੋਈ ਹੈ, ਅਤੇ ਪਰ ਮਜ਼ਾ ਜੋ ਥੀਏਟਰ ਦੀ ਗੱਲ ਕਰੀਏ, ਥੀਏਟਰ ਬੰਦਾ ਇਕੱਲੀ ਫਿਲਮ ਦੇਖਣ ਨਹੀਂ ਜਾਂਦਾ, ਇੱਕ ਆਊਟਿੰਗ ਹੁੰਦੀ ਹੈ, ਪਰਿਵਾਰ ਦੇ ਨਾਲ ਜਾਂਦਾ, ਬਾਅਦ ਦੇ ਵਿੱਚ ਚਲੋ ਖਾਣਾ ਖੁਣਾ ਖਾ ਕੇ ਘਰ ਆਉਂਦੇ, ਇੱਕ ਆਊਟਿੰਗ ਵੀ ਹੁੰਦੀ ਹੈ। ਸੋ ਇਸ ਤੋਂ ਇਹ ਲੱਗਦਾ ਹੁਣ ਕਿ ਪੂਰਾ ਮਾਹੌਲ ਜਿਹੜਾ ਪਹਿਲਾਂ ਵਰਗਾ ਚਾਰ ਚੁਫੇਰੇ ਰੌਣਕ ਹੋਏਗੀ, ਅਤੇ ਉਹਨਾਂ ਵਿੱਚੋਂ ਥੋੜ੍ਹਾ ਜਿਹਾ ਹਿੱਸਾ ਜਿਹੜਾ ਅਸੀਂ ਪਾਉਣ ਜਾ ਰਹੇ ਹਾਂ, ਇੱਕ ਕੋਸ਼ਿਸ਼ ਜਿਹੜੀ ਕਰਨ ਜਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਰਲ ਕੇ। ਮੈਂ ਦੱਸ ਹੀ ਦਿੰਦਾ ਕਿੰਮੀ ਵਰਮਾ ਜੀ ਦੇ ਨਾਲ ਰਲ ਕੇ, ਕਿੰਮੀ ਵਰਮਾ ਜੀ ਕਰ ਰਹੇ ਨੇ, ਪਿਛਲੇ ਸਾਲ ਇਹਨਾਂ ਨੇ ਉਲੀਕਿਆ ਸੀ ਪ੍ਰੋਗਰਾਮ ਬਹੁਤ ਵਧੀਆ, ਔਰ ਬੀਬੀਆਂ ਭੈਣਾਂ ਵਾਸਤੇ ਖਾਸ ਹੋਏਗਾ ਅੱਜ ਦਾ ਪ੍ਰੋਗਰਾਮ, ਕਿਉਂਕਿ ਸ਼ੌਕ ਜਿਹੜਾ ਹਰ ਬੰਦੇ ਦੇ ਅੰਦਰ ਹੁੰਦਾ ਕਈ ਵਾਰੀ ਕੰਮਾਂ ਕਾਰਾਂ ਦੇ ਵਿੱਚੋਂ ਨਿਕਲ ਨਹੀਂ ਹੁੰਦਾ। ਕਿੰਮੀ ਵਰਮਾ ਜੀ ਸਾਰੇ ਜਾਣਦੇ ਨੇ, ਬਹੁਤ ਹੀ ਮਸ਼ਹੂਰ ਐਕਟਰਸ ਨੇ, ਫੈਸ਼ਨ ਡਿਜ਼ਾਈਨਰ ਨੇ, ਅਤੇ ਨਾਲ ਦੀ ਨਾਲ ਉਹ ਈਵੈਂਟਸ ਵਗੈਰਾ ਵੀ ਕਰਵਾਉਂਦੇ ਰਹਿੰਦੇ ਨੇ, ਅਤੇ ਪਿਛਲੇ ਸਾਲ ਉਹਨਾਂ ਨੇ ਉਲੀਕੀ ਸੀ ਮਿਸ ਐਂਡ ਮਿਸਿਜ ਪੰਜਾਬਨ USA, ਪਰ ਪਿਛਲੇ ਸਾਲ ਕੋਵਿਡ ਸੀ, ਨਹੀਂ ਹੋ ਸਕੀ। ਇਸ ਵਾਰ ਉਹਦੀ ਫਿਰ ਤਿਆਰੀ ਚੱਲ ਰਹੀ ਹੈ, ਬਹੁਤ ਜਲਦੀ ਤੁਹਾਡੇ ਸਾਹਮਣੇ ਮਿਸ ਐਂਡ ਮਿਸਿਜ ਪੰਜਾਬਨ USA ਪੇਸ਼ ਕਰਾਂਗੇ ਉਹਨਾਂ ਦੇ ਨਾਲ ਰਲ ਕੇ। ਅਤੇ ਨਾਲ ਅਗਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਬੀਬੀਆਂ ਭੈਣਾਂ ਜਿਹੜੀਆਂ ਮਿਸਿਜ ਬਣ ਚੁੱਕੀਆਂ ਨੇ, ਪਰ ਟੇਲੈਂਟ ਉਹਨਾਂ ਦੇ ਵਿੱਚ ਵੀ ਹਜੇ ਉਨਾ ਹੀ ਆ, ਉਹ ਵੀ ਭਾਗ ਲੈ ਸਕਦੀਆਂ ਨੇ। ਜਿਹੜੀਆਂ ਮਿਸ ਕੁੜੀਆਂ ਨੇ ਸਾਡੀਆਂ ਬੱਚੀਆਂ ਨੇ ਉਹ ਵੀ ਭਾਗ ਲੈ ਸਕਦੀਆਂ। ਸਭ ਤੋਂ ਵੱਡੀ ਗੱਲ ਉਹਨਾਂ ਦੀ ਇਹ ਹੈ ਕਿ ਉਹ ਪੰਜਾਬੀ ਨੂੰ ਨਾਲ ਨਾਲ ਪ੍ਰਮੋਟ ਕਰ ਰਹੇ ਨੇ, ਸਲੋਗਨ ਜਿਹੜੇ ਨੇ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖੇ ਨੇ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਪਹਿਲੇ ਦੋ ਸੈਗਮੈਂਟ ਅਸੀਂ ਕਰਾਂਗੇ ਉਹ ਕਿੰਮੀ ਵਰਮਾ ਜੀ ਨਾਲ ਕਰਾਂਗੇ, ਉਹਨਾਂ ਕੋਲੋਂ ਜਾਣਾਂਗੇ ਮਿਸ ਐਂਡ ਮਿਸਿਜ ਪੰਜਾਬਨ ਬਾਰੇ ਕਿ ਕੀ ਉਹਦੀ ਰੂਪਰੇਖਾ ਹੈ ਅਤੇ ਕਿਵੇਂ ਕਿਵੇਂ ਉਹਦਾ ਪ੍ਰੋਸੀਜਰ ਹੈਗਾ ਐਂਟਰੀ ਦਾ। ਜੀ ਕਿੰਮੀ ਜੀ ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਬਹੁਤ ਬਹੁਤ ਤੁਹਾਨੂੰ। ਅਤੇ ਅਸੀਂ ਗੱਲ ਕਰ ਰਹੇ ਸੀ ਜਿਵੇਂ ਮਿਸ ਪੰਜਾਬਨ ਦੀ, ਮਿਸ ਐਂਡ ਮਿਸਿਜ ਪੰਜਾਬਨ, ਹਾਂਜੀ, ਬੜੇ ਲੰਬੇ ਸਮੇਂ ਤੋਂ ਇਹ ਹੋ ਰਿਹਾ ਹੈਗਾ ਮਿਸ ਐਂਡ ਮਿਸਿਜ ਪੰਜਾਬਨ ਜਿਹੜਾ ਅਸੀਂ ਅਕਸਰ ਦੇਖ ਰਹੇ ਹਾਂ, ਕਿ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਖੁਦ ਵੀ ਰਹੇ ਹੋ ਮਿਸ ਪੰਜਾਬਨ USA ਵੀ ਰਹੇ ਹੋ ਅਤੇ ਫਿਲਮਾਂ ਦੇ ਵਿੱਚ ਵੀ ਪੂਰਾ ਨਾਮ ਨਾ ਖੱਟਿਆ ਹੈਗਾ। ਅਤੇ ਅਸੀਂ ਸ਼ੁਰੂਆਤ ਇਸ ਗੱਲ ਤੋਂ ਹੀ ਕਰਦੇ ਹਾਂ, ਜਿਹੜਾ ਹੁਣ ਤੁਸੀਂ ਪ੍ਰੋਗਰਾਮ ਉਲੀਕ ਰਹੇ ਹੋ ਮਿਸ ਐਂਡ ਮਿਸਿਜ ਪੰਜਾਬਨ USA, ਹਾਂਜੀ,
ਉਹਦੀ ਕੀ ਰੂਪਰੇਖਾ ਹੈ, ਕੌਣ ਕੌਣ ਉਹਦੇ ਚ ਭਾਗ ਲੈ ਸਕਦਾ ਤੇ ਕਿਵੇਂ ਲੈ ਸਕਦਾ? ਓਕੇ, ਪਹਿਲਾਂ ਇੱਕ ਮੈਂ ਤੁਹਾਨੂੰ ਇਹ ਵੀ ਕਹਿੰਦਾ, ਜੱਗੀ ਜੀ ਤੁਸੀਂ ਵੀ, ਮੈਂ ਜਦੋਂ ਤੁਹਾਨੂੰ ਜਾਣਦੀ ਹਾਂ ਨਾ, ਤੁਸੀਂ ਵੀ ਉਦਾਂ ਦੇ ਹੀ ਲੱਗਦੇ। ਹਾਂਜੀ, 2003 'ਚ ਮਿਲੇ ਸੀ ਮੇਰੇ ਖਿਲਾਫ ਪਹਿਲੀ ਵਾਰ, 2002-03 'ਚ ਬਾਹਰ ਆਏ ਸੀ, ਮਹੀਨਾ ਇੱਕ ਪ੍ਰੋਗਰਾਮ ਇਕੱਠੇ ਕੀਤੇ ਸੀ, ਬਹੁਤ ਵਧੀਆ ਲੱਗਿਆ ਸੀ। ਅਤੇ ਨਹੀਂ, ਮੈਂ ਤਾਂ ਦਾੜੀ ਨੂੰ ਰੰਗ ਉਹੀ ਲਾਉਣਾ ਜਿਹੜਾ ਪਹਿਲਾਂ ਉਹਦਾ ਲਾਉਂਦਾ ਸੀ, ਤਾਂ ਕਰਕੇ ਉੱਦਾਂ ਦਾ ਪਿਆ ਜੀ। ਅੱਛਾ ਚਲੋ, ਪਹਿਲਾਂ ਤਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਵੱਲੋਂ, ਸਾਡੇ ਵੱਲੋਂ, ਸਾਰਿਆਂ ਵੱਲੋਂ ਜੀ। ਥੈਂਕ ਯੂ ਜੀ। ਅਤੇ ਮਿਸ ਐਂਡ ਮਿਸਿਸ ਪੰਜਾਬਣ USA, ਅਸੀਂ ਨਾ ਇੱਥੇ ਪੈਜੈਂਟਸ ਬਹੁਤ, ਮੈਂ ਇਨਵੋਲਵ ਰਹੀ ਹਾਂ ਪੈਜੈਂਟਸ ਦੇ ਨਾਲ, ਪਰ ਜਾਣੀ ਪੰਜਾਬਣਾਂ ਓਵਰਆਲ ਸਭ ਤੋਂ ਸੋਹਣੀਆਂ ਮੰਨੀਆਂ ਜਾਂਦੀਆਂ ਨੇ, ਮਤਲਬ ਸਾਰੀਆਂ ਕੁੜੀਆਂ ਸੋਹਣੀਆਂ ਹੁੰਦੀਆਂ ਨੇ, ਬਟ ਆਈ ਫੀਲ ਕਿ ਇੱਥੇ ਕੈਲੀਫੋਰਨੀਆ ਜਾਂ ਅਮੈਰੀਕਾ ਦੇ ਵਿੱਚ ਮੈਂ ਮਿਸ ਐਂਡ ਮਿਸਿਸ ਪੰਜਾਬਣ ਹਾਲੇ ਤੱਕ ਮੈਂ ਦੇਖਿਆ ਨਹੀਂ ਸੀਗਾ, ਮਿਸ ਇੰਡੀਆ ਮਿਸਿਸ ਇੰਡੀਆ ਕਾਫੀ ਦੇਖਿਆ। ਅਤੇ ਜ਼ਰੂਰ ਹੈਗਾ, ਜ਼ਰੂਰੀ ਹੈਗਾ ਕਿ ਪੰਜਾਬੀ ਲੇਡੀਜ਼ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਜਾਵੇ, ਪ੍ਰਮੋਟ ਕੀਤਾ ਜਾਵੇ, ਕਿਉਂਕਿ ਹੁਨਰ, ਟੈਲੈਂਟ, ਪਰਸਨੈਲਿਟੀ ਸਾਰਿਆਂ 'ਚ ਹੁੰਦੀ ਹੈ, ਤਾਂ ਉਹਨਾਂ ਨੂੰ ਜਸਟ ਰੈਕਗਨਾਈਜ਼ ਕਰਨਾ, ਆਈ ਥਿੰਕ ਇਹ ਐਜ਼ ਅ ਸੁਸਾਇਟੀ ਸਾਡੀ ਡਿਊਟੀ ਹੈਗੀ ਹੈ। ਔਰ ਹਰ ਔਰਤ ਦਾ ਇੱਕ, ਉਹਨਾਂ ਦੇ ਇੰਨੇ ਵਧੀਆ ਵਧੀਆ ਖਿਆਲ ਹੁੰਦੇ ਨੇ, ਇੰਨੇ ਵਧੀਆ ਵਧੀਆ ਉਹ ਕੰਮ ਕਰ ਸਕਦੀਆਂ ਨੇ, ਅਤੇ ਇਟਸ ਇੰਪੋਰਟੈਂਟ ਕਿ ਵੀ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰੀਏ, ਅਤੇ ਤਾਂ ਕਿ ਉਹ ਸੋਸ਼ਲ ਚੇਂਜ ਦੇ ਵਿੱਚ ਰਿਸਪੋਂਸੀਬਲ ਹੋ ਸਕਣ। ਅਤੇ ਇਸ ਕਰਕੇ ਮੈਂ ਸੋਚ ਰਹੀ ਹਾਂ, ਔਰ ਫਿਰ ਅਗੇਨ ਯੂ ਨੋ, ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇੱਕ ਔਰਤ ਤਾਂ ਇੱਕ ਔਰਤ ਹੈ, ਐਜ਼ ਅ ਫੀਮੇਲ ਜਦੋਂ ਅਨਮੈਰਿਡ ਹੈ ਉਦੋਂ ਵੀ, ਜਦੋਂ ਮੈਰਿਡ ਹੈ ਉਦੋਂ ਵੀ, ਜਦੋਂ ਲੇਟਰ ਜਦੋਂ ਦਾਦੀ ਨਾਨੀ ਬਣ ਜਾਂਦੀ ਹੈ ਉਦੋਂ ਵੀ। ਸੋ ਸਾਡੇ ਪੈਜੈਂਟ ਦੇ ਵਿੱਚ ਅਸੀਂ ਰੱਖਿਆ ਹੈ ਕਿ ਤੁਸੀਂ ਇੱਕ ਤਾਂ ਮਿਸ ਪੰਜਾਬਣ ਅਤੇ ਮਿਸਿਸ ਪੰਜਾਬਣ, ਔਰ ਨਾਲ ਦੀ ਨਾਲ ਓਵਰ 65 ਜਿਹੜੇ ਪਾਰਟੀਸਿਪੇਟ ਕਰਨਗੇ, ਸਾਡੀ ਏਜ ਲਿਮਿਟ ਹੈਗੀ, ਤੁਸੀਂ 75 ਤੱਕ ਪਾਰਟੀਸਿਪੇਟ ਕਰ ਸਕਦੇ, ਓਵਰ 65 ਪਾਰਟੀਸਿਪੇਟ ਕਰਨਗੇ, ਕਿੰਨੀਆਂ ਮਤਲਬ ਕਿੰਨੀਆਂ ਜੋਸ਼ ਵਾਲੀਆਂ ਬੀਬੀਆਂ ਹੁੰਦੀਆਂ ਨੇ, ਅਮੇਜ਼ਿੰਗ, ਤੇ ਉਹਨਾਂ ਨੂੰ ਸਾਡੇ ਵੱਲੋਂ ਗ੍ਰੇਸ ਆਫ ਪੰਜਾਬ ਇੱਕ ਅਵਾਰਡ ਦਿੱਤਾ ਜਾਏ। ਵਾਹ ਜੀ ਵਾਹ, ਬਹੁਤ ਵਧੀਆ। ਵੈਸੇ ਮਿਸ ਪੰਜਾਬਣ ਦੀ ਗੱਲ ਕਰੀਏ ਅਤੇ ਨਾਲ ਮਿਸਿਜ ਪੰਜਾਬਣ ਦੀ ਗੱਲ ਕਰੀਏ, ਅਤੇ ਮਿਸ ਪੰਜਾਬਣ ਨਾਲੋਂ ਮਿਸਿਜ ਪੰਜਾਬਣ ਦੇ ਵਿੱਚ ਗੁਣ ਵੱਧ ਜਾਂਦੇ ਨੇ, ਟੈਲੈਂਟ ਵੱਧ ਜਾਂਦਾ, ਕਿਉਂਕਿ ਪਹਿਲਾਂ ਮਿਸ ਪੰਜਾਬਣ ਵੇਲੇ ਤਾਂ ਜੀ ਉਹਨੇ ਆਪ ਸਿਰਫ ਡਾਂਸ ਕਰਨਾ ਹੁੰਦਾ, ਨੱਚਣਾ ਹੁੰਦਾ, ਅਤੇ ਮਿਸਿਜ ਪੰਜਾਬਣ ਵੇਲੇ ਫਿਰ ਉਹ ਨਚਾਉਣ ਦੀ ਕਲਾ ਵੀ ਆ ਜਾਂਦੀ ਆ ਉਂਗਲਾਂ ਦੇ ਉੱਪਰ, ਹਸਬੈਂਡ ਦੇ, ਸੋ ਕਲਾ ਵੱਧ ਜਾਂਦੀ ਆ। ਹਾਂਜੀ, ਅਤੇ ਅੱਛਾ ਕਿਵੇਂ ਜੀ, ਜਿਹੜੀ ਆਪਾਂ ਗੱਲ ਕਰਦੇ ਸੀਗੇ, ਇਹ ਇਹਦਾ ਪ੍ਰੋਸੀਜਰ ਕੀ ਆ? ਆਪਾਂ ਮੇਰੇ ਖਿਆਲ ਅਕਤੂਬਰ ਦੇ ਵਿੱਚ ਪਲਾਨ ਕਰ ਰਹੇ ਹਾਂ ਇਹ। ਹਾਂਜੀ, ਇਹ ਐਕਚੁਅਲੀ ਡਿਸਾਈਡਡ ਹੈ ਕਿ 16 ਅਕਤੂਬਰ ਨੂੰ ਕਰਾਂਗੇ, ਕਿਉਂਕਿ ਅਸੀਂ ਚਾਹੁੰਦੇ ਸੀ ਵੀ ਦੀਵਾਲੀ ਦੇ ਬਾਹਲਾ ਨੇੜੇ ਵੀ ਨਾ ਹੋਵੇ, ਤਾਂ 16 ਅਕਤੂਬਰ ਸੋਹਣਾ ਵਧੀਆ ਦਿਨ ਲੱਗਿਆ, ਤੇ 16 ਅਕਤੂਬਰ ਨੂੰ ਪ੍ਰੈਜੈਂਟ ਹੋਊਗਾ। ਐਂਡ ਇਹਦੇ ਵਿੱਚ ਪਾਰਟੀਸਪੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ, ਅਤੇ ਸਾਡਾ ਫੋਨ ਨੰਬਰ ਵੀ ਹੈਗਾ ਵਾ ਜਿਹੜਾ ਤੁਸੀਂ ਇਹਨਾਂ ਲੋਕਾਂ ਨੂੰ। ਹਾਂਜੀ, ਸਕਰੀਨ 'ਤੇ ਫੋਨ ਨੰਬਰ ਜਿਹੜਾ 9494326767 ਇਹ ਆ ਰਿਹਾ ਜੀ, ਅਤੇ ਨਾਲ ਵੈਬਸਾਈਟ ਜਿਹੜੀ ਸਕਰੀਨ 'ਤੇ ਆ ਰਹੀ ਆ ਉਹ ਮਿਸ ਐਂਡ ANDਮਿਸ ANDਪੰਜਾਬਣ USA @@@@no missandmrspunjabanusa.com ਇਹ ਵੈਬਸਾਈਟ ਹੈਗੀ ਆ, ਅਤੇ ਈਮੇਲ ਹੈਗੀ ਆ info@missandmrspunjabanusa.com। ਵਾਹ ਜੀ ਵਾਹ, ਬਹੁਤ ਵਧੀਆ, ਬਿਲਕੁਲ। ਅਤੇ ਇਹ ਤੁਸੀਂ ਦੱਸਿਆ ਸੀ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਥੋੜ੍ਹਾ ਜਿਹਾ ਸ਼ੁਰੂ ਕੀਤਾ ਸੀਗਾ, ਅਤੇ ਕੀ ਰਿਸਪੋਂਸ ਰਿਹਾ ਜੀ? ਰਿਸਪੋਂਸ ਸਾਨੂੰ ਬਹੁਤ ਵਧੀਆ ਮਿਲਿਆ ਹੈਗਾ, ਬਹੁਤ ਸਾਰੀਆਂ ਲੜਕੀਆਂ ਨੇ ਆਲਰੇਡੀ ਐਪਲੀਕੇਸ਼ਨ ਵੀ ਆਪਣੀਆਂ ਦੇ ਦਿੱਤੀਆਂ ਨੇ, ਸਾਡੇ ਕੋਲ ਐਪਲੀਕੇਸ਼ਨ ਹੈਗੀਆਂ ਨੇ, ਅਤੇ ਤਾਂ ਕਰਕੇ ਹੁਣ ਅਸੀਂ, ਇਟਸ ਵੈਰੀ ਨਾਈਸ ਕਿ ਸਾਡੀ ਜਸਟ ਪੰਜਾਬੀ ਨਾਲ ਕੋਲੈਬੋਰੇਸ਼ਨ ਹੈਗੀ ਹੈ, ਤਾਂ ਇਹਦੇ ਨਾਲ ਆਈ ਥਿੰਕ ਓਵਰਆਲ ਜਿਹੜੇ ਵੀ ਪਾਰਟੀਸਿਪੇਟ ਕਰਨਗੇ ਉਹਨਾਂ ਨੂੰ ਵੀ ਕਿੰਨੀ ਜ਼ਿਆਦਾ ਵਧੀਆ ਪ੍ਰਮੋਸ਼ਨ ਹੋਊਗੀ ਉਹਨਾਂ ਦੀ, ਅਤੇ ਬਹੁਤ ਰਿਸਪੋਂਸ ਬਹੁਤ ਅੱਛਾ। ਹਾਂਜੀ, ਅਸੀਂ ਮੈਂ ਵੀ ਸਾਡੇ ਜੀ ਸੌਰੀ ਤੁਸੀਂ ਕੰਪਲੀਟ ਕਰੋ। ਵਾਹ ਜੀ ਵਾਹ, ਇਹ ਤਾਂ ਬਹੁਤ ਵਧੀਆ ਗੱਲ ਹੈ। ਅਸੀਂ ਅਕਸਰ ਤੀਆਂ ਦੇ ਵਿੱਚ ਦੇਖਿਆ ਜੀ, ਇੱਥੇ ਤੀਆਂ ਦੇ ਵਿੱਚ ਖੈਰ ਬੰਦਿਆਂ ਨੂੰ ਜਾਣ ਤਾਂ ਦਿੰਦੇ ਨਹੀਂ, ਫਿਰ ਵੀ ਵੀਡੀਓ ਕੈਮਰੇ ਕੁਮਰੇ ਵਾਲੇ ਜਾ ਸਕਦੇ ਉਸ ਚੈਨਲ ਵਾਲੇ, ਅਤੇ ਉੱਥੇ ਤਾਂ ਬਹੁਤ ਜੋਸ਼ ਹੁੰਦਾ ਜੀ, ਉੱਥੇ ਬੀਬੀਆਂ ਦੇ ਵਿੱਚ, ਕੁੜੀਆਂ ਦੇ ਵਿੱਚ, ਮਿਸ ਸਾਰਿਆਂ ਦੇ ਵਿੱਚ ਬੜਾ ਜੋਸ਼ ਹੁੰਦਾ ਇੱਕ ਵੱਖਰੀ ਤਰ੍ਹਾਂ ਦਾ। ਸੋ ਉਸ ਤੀਆਂ ਦੇ ਹੀ ਇੱਕ ਕਿਸਮ ਦੇ ਨੂੰ ਵੱਡੇ ਰੂਪ ਦੇ ਵਿੱਚ ਤੁਸੀਂ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾ ਰਹੇ ਹੋ, ਮਿਸ ਐਂਡ ਮਿਸਿਜ਼ ਪੰਜਾਬਣ ਦੇ ਰੂਪ ਦੇ ਵਿੱਚ। ਬਿਲਕੁਲ ਬਿਲਕੁਲ ਸਹੀ ਗੱਲ। ਅਤੇ ਅੱਛਾ, ਕੋਈ ਖਾਸ ਹਦਾਇਤਾਂ ਜੀ
किसी नूं पार्टिसिपेंट करन वास्ते असी किसी मिस ने पार्टिसिपेट करना किसी बच्ची ने कुड़ी ने उन्हां दी एज किन्नी हैगी है मिनिमम ਉਹਨਾਂ ਦੀ ਏਜ ਐਟਲੀਸਟ 18 ਸਾਲ ਹੋਣੀ ਚਾਹੀਦੀ। ਅੱਛਾ ਜੀ। ਕਿਉਂਕਿ ਮੇਰੇ ਹਿਸਾਬ ਨਾਲ ਨਾ 18 ਸਾਲ ਤੋਂ ਪਹਿਲਾਂ ਲਾਈਕ ਉਹ ਇੱਕ ਤਰ੍ਹਾਂ ਨਾਬਾਲਿਗ ਹੁੰਦੀਆਂ ਨੇ ਤਾਂ ਵੀ ਡੋਨਟ ਵਾਂਟ ਟੂ ਡੂ ਦੈਟ ਜੀ। ਐਟਲੀਸਟ 18 ਇਅਰਸ ਆਫ ਏਜ ਜੀ। ਸੀ 18 ਸਾਲ ਦੇ ਐਟਲੀਸਟ ਹੋਣੇ ਚਾਹੀਦੇ ਤੇ ਬਾਕੀ ਕੋਈ ਮੈਟਰ ਨਹੀਂ ਕਰਦਾ ਕਿ ਕਿੰਨੀ ਏਜ ਹੈ ਤੁਹਾਡੀ। ਏਜ 42 ਹੈ ਲਾਈਕ 60 ਹੈਗੀ ਆ ਵਟਐਵਰ ਯੂਰ ਏਜ ਇਜ਼ ਪਲੀਜ਼ ਯੂ ਕਮ ਅਹੈਡ ਐਂਡ ਬਿਲਕੁਲ ਜੀ। ਇੱਕ ਨੰਬਰ ਜਿਹੜਾ ਕਿਮੀ ਜੀ ਦੇ ਦਿੱਤਾ ਹੈ ਉਹਦੇ 'ਤੇ ਵੀ ਸਾਡੇ ਦਰਸ਼ਕ ਸੰਪਰਕ ਕਰ ਸਕਦੇ ਆ। ਜਿਹੜਾ ਸਾਡਾ ਨੰਬਰ ਆਉਂਦਾ, ਮੇਰਾ ਨੰਬਰ ਆਉਂਦਾ, ਸਾਡੀ ਈਮੇਲ ਵਗੈਰਾ ਆਉਂਦੀ ਹੈ, ਕਿਤੇ ਵੀ ਸੰਪਰਕ ਕਰ ਸਕਦੇ ਹੋ। ਕਿਮੀ ਵਰਮਾ ਜੀ ਅਤੇ ਜਸ ਪੰਜਾਬੀ ਦੀ ਕੋਲੈਬਰੇਸ਼ਨ ਦੇ ਨਾਲ ਇਹ ਪ੍ਰੋਗਰਾਮ ਅਸੀਂ ਕਰਾ ਰਹੇ ਹਾਂ। ਅਤੇ ਕਿਮੀ ਜੀ ਜਿਹੜੀਆਂ ਫਿਰ ਮਿਸਿਜ ਹੈਗੀਆਂ ਉਹਨਾਂ ਵਾਸਤੇ ਕੀ ਹੈਗਾ, ਕੀ ਮਤਲਬ ਉਹਨਾਂ ਦੀ ਕੈਟਾਗਰੀ ਦੇ ਵਿੱਚ ਕਿਹੜੀ ਕਿਹੜੀ ਫਾਰਮੈਲਿਟੀਜ਼ ਆ? ਉਹਨਾਂ ਦੀ ਕੈਟਾਗਰੀ ਦੇ ਵਿੱਚ ਸਿਰਫ ਇਹ ਹੀ ਹੈ ਕਿ ਉਹ ਮਿਸਿਜ਼ ਹੋਣੀਆਂ ਚਾਹੀਦੀਆਂ ਨੇ ਐਟ ਸਮ ਪੁਆਇੰਟ ਆਫ ਟਾਈਮ। ਕਈ ਵਾਰੀ ਇਹਨੂੰ ਡਿਵੋਰਸ ਹੋ ਜਾਂਦਾ ਵਾ, ਕਈ ਵਾਰੀ ਵਿਡੋ ਹੋ ਜਾਂਦੀਆਂ ਨੇ, ਲੇਕਿਨ ਪਾਰਟਿਸਿਪੇਟ ਇਹਦਾ ਮਤਲਬ ਇਹੀ ਕਿ ਉਹਨਾਂ ਦੇ ਓਪਰਚੁਨਿਟੀਜ਼ ਖਤਮ ਹੋ ਜਾਣਗੀਆਂ। ਤਾਂ ਮੈਂ ਚਾਹੁੰਦੀ ਹਾਂ ਕਿ ਅਸੀਂ ਇਹ ਹੋਵੇ ਕਿ ਵੀ ਜ਼ਰੂਰੀ ਨਹੀਂ ਹੈ ਕਿ ਉਸ ਵੇਲੇ ਬੰਦਾ ਉਹਨਾਂ ਦੀ ਲਾਈਫ 'ਚ ਹੋਣਾ ਹੀ ਚਾਹੀਦਾ। ਬਹੁਤ ਬਹੁਤ ਹੀ ਵਧੀਆ ਇਹ। ਨਹੀਂ ਤਾਂ ਅਕਸਰ ਅਸੀਂ ਦੇਖਿਆ ਜੀ ਸਾਡੀ ਕਮਿਊਨਿਟੀ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ ਜੇ ਕੋਈ ਔਰਤ ਵਿਡੋ ਹੋ ਜਾਂਦੀ ਹੈ ਤਾਂ ਉਹਨੂੰ ਬਾਕੀ ਔਰਤਾਂ ਹੋਰ ਹੀ ਨਜ਼ਰ ਨਾਲ ਦੇਖਣ ਲੱਗ ਪੈਂਦੀਆਂ ਹੁੰਦੀਆਂ, ਪਤਾ ਨਹੀਂ ਇਹ ਕੀ ਚੀਜ਼ ਹੈ ਜੀ। ਸੋ ਇਹ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਅਤੇ ਭਾਰ ਭੂਰ ਦਾ ਤਾਂ ਨਹੀਂ ਕੋਈ ਰੌਲਾ, ਮਿਸੇਜ ਦਾ ਵੀ ਭਾਰ ਕਿੰਨਾ ਹੋਣਾ ਚਾਹੀਦਾ? ਇਹ ਵੀ ਬਹੁਤ ਇੱਕ ਇੰਟਰਸਟਿੰਗ ਚੀਜ਼ ਹੈ ਨਾ, ਜਿਹੜਾ ਆਪਾਂ ਕਹਿੰਦੇ ਨਾ ਵੀ ਜਦੋਂ ਆਪਾਂ ਕੁਛ ਕਰਨ ਲੱਗਦੇ ਹਾਂ ਆਪਾਂ ਕਹਿੰਦੇ ਵੀ ਤੁਸੀਂ ਵੱਖਰਾ ਕੀ ਕਰ ਰਹੇ ਹੋ, ਵੱਖਰਾ ਕਿਵੇਂ ਆ ਇਹ? ਅਤੇ ਮੈਂ ਬੜੇ ਮਾਣ ਨਾਲ ਕਹਿਣਾ ਚਾਹੂੰਗੀ ਕਿ ਸਾਡਾ ਪੈਜੈਂਟ ਵੱਖਰਾ ਇਸ ਤਰੀਕੇ ਨਾਲ ਹੈ ਕਿ ਮੋਸਟਲੀ ਪੈਜੈਂਟਸ ਦੇ ਵਿੱਚ ਨਾ ਇੱਕ ਹਾਈਟ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਡੀ ਇੱਦਾਂ 5'7" ਹੋਣੀ ਚਾਹੀਦੀ ਹੈ ਜਾਂ ਜੋ ਵੀ। ਅਤੇ ਸਾਡੇ ਦੇ ਵਿੱਚ ਕੋਈ ਹਾਈਟ ਰਿਕੁਆਇਰਮੈਂਟ ਨਹੀਂ ਮੇਰੇ ਹਿਸਾਬ ਨਾਲ ਕਿ ਮਿਸ ਪੰਜਾਬਣ ਮਿਸਿਸ ਪੰਜਾਬਣ ਇਹ ਤੁਹਾਡੀ ਪਰਸਨੈਲਿਟੀ, ਤੁਹਾਡੀ ਅਣਖ, ਤੁਹਾਡਾ ਕਰੇਜ, ਤੁਹਾਡਾ ਕੌਨਫੀਡੈਂਸ, ਉਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਤੁਹਾਡੇ ਵਿੱਚ ਪੰਜਾਬੀਅਤ ਹੈ। ਨਾਟ ਕਿ ਜੇ ਪਰਮਾਤਮਾ ਨੇ ਤੁਹਾਨੂੰ ਇੰਨਾ ਲੰਬਾ ਨਹੀਂ ਬਣਾਇਆ ਤਾਂ ਉਹ 'ਚ ਤੁਹਾਡਾ ਕੀ ਕਸੂਰ? ਬਿਲਕੁਲ ਬਿਲਕੁਲ। ਤਾਂ ਇੱਦਾਂ ਨਹੀਂ ਕਿ ਤੁਹਾਨੂੰ ਇਹ ਓਪਰਚੁਨਿਟੀ ਤੁਸੀਂ ਮਿਸ ਕਰੋ, ਕਿਉਂਕਿ ਪਰ ਤੁਹਾਡੀ ਪਰਸਨੈਲਿਟੀ 'ਚ ਜੋ ਤੁਸੀਂ ਜੋ ਇਨਪੁੱਟ ਕੀਤੀ ਹੈ, ਤੁਸੀਂ ਜੋ ਉਹਦੇ ਆਪਣੀ ਆਪਦੀ ਪਰਸਨੈਲਿਟੀ ਡਿਵੈਲਪ ਕੀਤੀ ਹੈ ਉਹਦੇ ਵਿੱਚ ਬਿਲਕੁਲ ਤੁਹਾਡਾ ਹੀ ਉਹਦੇ ਸਭ ਤੋਂ ਵੱਡਾ ਹਿੱਸਾ ਸੀਗਾ, ਅਸੀਂ ਉਹਨੂੰ ਜ਼ਿਆਦਾ ਪ੍ਰਮੋਟ ਕਰਾਂਗੇ। ਵਾਹ ਜੀ ਵਾਹ, ਵਾਹ ਜੀ, ਬਹੁਤ ਵਧੀਆ, ਬਹੁਤ ਵਧੀਆ। ਨਹੀਂ ਤਾਂ ਆਮ ਤੌਰ 'ਤੇ ਬਹੁਤ ਜ਼ਿਆਦਾ ਸ਼ਰਤਾਂ ਹੁੰਦੀਆਂ, ਬੰਦਿਸ਼ਾਂ ਹੁੰਦੀਆਂ। ਸੋ ਇਹ ਔਨਲਾਈਨ ਹੀ ਕੋਈ ਅਪਲਾਈ ਕਰ ਸਕਦਾ ਜਾਂ ਮਤਲਬ ਕਿ ਫੋਨ 'ਤੇ ਰਜਿਸਟ੍ਰੇਸ਼ਨ ਹੋ ਸਕਦੀ ਹੈ ਜਾਂ ਕਿਵੇਂ ਕਿਵੇਂ ਹੋ ਸਕਦੀ ਹੈ? ਇਹ ਤੁਸੀਂ ਟੈਕਸਟ ਕਰ ਦਿਓ, ਵਟਸਐਪ 'ਤੇ ਟੈਕਸਟ ਕਰ ਦਿਓ ਅਤੇ ਕਾਲ ਕਰਕੇ ਵੀ ਆਪਾਂ ਰਜਿਸਟ੍ਰੇਸ਼ਨ ਕਰ ਸਕਦੇ ਹਾਂ, ਔਨਲਾਈਨ ਵੀ ਕਰ ਸਕਦੇ ਹਾਂ। ਅਤੇ ਬਿਲਕੁਲ ਅਤੇ ਫੋਟੋਆਂ ਵਗੈਰਾ ਮੰਗਵਾਉਂਦੇ ਤੁਸੀਂ ਨਾਲ? ਫਿਰ ਪਹਿਲਾਂ ਅਸੀਂ ਫੋਟੋ ਮੰਗਾਵਾਂਗੇ ਅਤੇ ਨਾਲ ਅਸੀਂ ਤੁਹਾਨੂੰ ਇੱਕ ਵੀਡੀਓ ਭੇਜਣ ਲਈ ਕਹਾਂਗੇ। ਅੱਛਾ, ਵੀਡੀਓ ਚਾਹੁੰਦੇ ਕਿ ਤੁਹਾਡੀ ਇਨ ਦਾ ਐਂਡ ਇੱਕ ਪਰਸਨੈਲਿਟੀ ਦੀ ਗੱਲ ਹੁੰਦੀ ਹੈ, ਪੰਜਾਬਣ ਦੀ ਤਾਂ ਪਰਸਨੈਲਿਟੀ ਹੀ ਹੁੰਦੀ ਹੈ ਨਾ ਜਿਹੜੀ ਇਨ ਦਾ ਐਂਡ ਅਤੇ ਮੈਂ ਚਾਹੁੰਦੀ ਹਾਂ ਕਿ ਸਾਰੇ ਇੱਕ ਵੀਡੀਓ ਭੇਜਣ ਜਿਹੜੇ ਵੀ ਅਪਲਾਈ ਕਰ ਰਹੇ ਨੇ ਕਿ ਮਤਲਬ ਆਪਦਾ ਨਾਮ ਦੱਸਣ ਅਤੇ ਉਹ ਕੀ ਕਰਦੇ ਨੇ, ਸਕੂਲ 'ਚ ਪੜ੍ਹਦੇ ਨੇ ਜਾਂ ਕੋਈ ਜੋਬ ਕਰਦੇ ਆ ਜੋ ਵੀ ਹੈ ਨਾ, ਹਾਊਸ ਵਾਈਫ ਨੇ ਵਟਐਵਰ, ਅਤੇ ਨਾਲ ਦੀ ਇਹ ਵੀ ਦੱਸਣ ਕਿ ਉਹ ਕਿਉਂ ਸੋਚਦੇ ਆ ਕਿ ਉਹ ਇਹ ਜਿੱਤਣੇ ਚਾਹੀਦੇ। ਹਾਂ ਬਿਲਕੁਲ ਜੀ ਬਿਲਕੁਲ, ਜਦੋਂ ਫੋਨ ਕਰੋਗੇ ਤੁਸੀਂ ਜੇ ਤੁਸੀਂ ਸਾਡੇ ਨੇੜੇ ਤੇੜੇ ਕਿਤੇ ਹੋਏ ਤਾਂ ਅਸੀਂ ਤੁਹਾਡੀ ਵੀਡੀਓ ਬਣਾ ਸਕਦੇ ਹਾਂ, ਤੁਹਾਡੀ ਰਜਿਸਟ੍ਰੇਸ਼ਨ ਕਰ ਸਕਦੇ ਹਾਂ। ਕੈਲੀਫੋਰਨੀਆ ਦੇ ਵਿੱਚ ਹੀ ਕਿਮੀ ਜੀ ਐਲਏ ਦੇ ਵਿੱਚ ਰਹਿੰਦੇ ਨੇ ਅਤੇ ਅਸੀਂ ਇੱਥੇ ਹੈਗੇ ਹਾਂ ਜੀ ਲੈਥਰੋਪ ਸਟੂਡੀਓ ਸਾਡਾ ਹੈਗਾ ਸਟੋਕਟਨ ਦੇ ਨੇੜੇ, ਟਰੇਸੀ ਦੇ ਨੇੜੇ, ਅਤੇ ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਤੇ ਕਿਉਂਕਿ ਇਹਦਾ ਕਿਮੀ ਜੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਰਿਸਪੋਂਸ ਆਏਗਾ ਕਿਉਂਕਿ ਲੋਕ ਜਿਹੜੇ ਹੈਗੇ ਨੇ ਘਰਾਂ ਦੇ ਵਿੱਚ ਤੜੇ ਬੈਠੇ ਨੇ ਲਗਭਗ 1.5 ਸਾਲ ਤੋਂ ਤੇ ਇੱਕ ਇਸ ਤਰ੍ਹਾਂ ਦੀ ਐਂਟਰਟੇਨਮੈਂਟ ਚਾਹੁੰਦੇ ਨੇ। ਬਿਲਕੁਲ ਬਿਲਕੁਲ ਜੀ। ਤੇ ਇੱਕ ਮੈਂ ਇਹ ਜ਼ਰੂਰ ਦੱਸਣਾ ਚਾਹੂੰਗੀ ਕਿ ਸਾਡਾ ਇਹ ਪੈਜੈਂਟ ਸਿਰਫ ਆਈ ਨਹੀਂ ਕਿ ਅਸੀਂ ਇੱਕ ਕਲਚਰਲ ਇਵੈਂਟ ਸਟੇਜ ਤੇ ਕਰਤਾ, ਬਸ ਸਾਡੇ ਪੈਜੈਂਟ ਜਿਹੜੇ ਹਿੱਸਾ ਲੈਣਗੇ ਉਹਨਾਂ ਨੂੰ ਅਸੀਂ ਗਰੂਮਿੰਗ ਕਲਾਸਿਸ ਦਵਾਂਗੇ, ਜੀ ਪਰਸਨੈਲਿਟੀ ਡਿਵੈਲਪਮੈਂਟ, ਤੁਹਾਡੀ ਹੈਲਥ ਬਾਰੇ, ਤੁਹਾਡੀ ਓਵਰਆਲ ਸਟਾਈਲ ਇੰਪਰੂਵਮੈਂਟ, ਤੁਹਾਡੀ ਸਟੇਜ ਪ੍ਰੈਜੈਂਸ, ਉਹ ਸਾਰੀਆਂ ਚੀਜ਼ਾਂ ਦੀ ਅਸੀਂ ਉਹਨਾਂ ਨੂੰ ਕਲਾਸਿਸ ਵੀ ਦਵਾਂਗੇ। ਲੀਡਰਸ਼ਿਪ ਸਕਿੱਲਸ,
ਜੀ ਇੱਕ ਔਰਤ ਦੀ ਪੂਰੀ ਪਰਸਨੈਲਿਟੀ ਚਮਕਣੀ ਬਹੁਤ ਜ਼ਰੂਰੀ ਹੈ। ਵਾਹ ਜੀ ਵਾਹ, ਜਿਵੇਂ ਤੁਹਾਡੀ ਤਰ੍ਹਾਂ ਚਮਕੇਗੀ ਹਰ ਕੁੜੀ ਦੀ, ਹਰ ਔਰਤ ਦੀ ਪਰਸਨੈਲਿਟੀ। ਕਿਵੇਂ ਜੀ, ਇੱਕ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਅਸੀਂ ਫਿਰ ਇਸੇ ਤਰ੍ਹਾਂ ਥੋੜ੍ਹੀ ਦੇਰ ਗੱਲ ਕਰਾਂਗੇ ਹੋਰ ਜੀ। ਠੀਕ ਹੈ, ਠੀਕ ਹੈ ਜੀ। ਸਾਡੇ ਦਰਸ਼ਕ ਜਿਹੜੇ ਨੇ ਜੁੜੇ ਰਹਿਣ ਜੀ ਸਾਡੇ ਨਾਲ, ਇਸੇ ਤਰ੍ਹਾਂ ਕਿੰਮੀ ਵਰਮਾ ਜੀ ਜਾਣਦੇ ਹੋ, ਸਾਰੇ ਭਲੀ ਭਾਂਤ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀ ਜਾਣਦੇ ਨੇ, ਉਹਨਾਂ ਨੇ ਉਹਨਾਂ ਦੀ ਕਲਾ ਦੇਖੀ, ਫਿਲਮਾਂ ਦੇਖੀਆਂ ਨੇ, ਅਤੇ ਹੁਣ ਇੱਕ ਹੋਰ ਕਲਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਨੇ, ਮਿਸ ਐਂਡ ਮਿਸਿਸ ਪੰਜਾਬਣ USA। ਜ਼ਰੂਰ ਸਹਿਯੋਗ ਦਿਓ, ਜਿਸ ਤਰ੍ਹਾਂ ਵੀ ਸਹਿਯੋਗ ਦੇ ਸਕਦੇ ਹੋ, ਪਾਰਟੀਸਪੇਟ ਕਰ ਸਕਦੀਆਂ ਜਿਹੜੀਆਂ ਲੇਡੀਜ਼, ਪਾਰਟੀਸਪੇਟ ਕਰ ਸਕਦੀਆਂ। ਵੈਸੇ ਤੁਸੀਂ ਜੁੜਨਾ ਚਾਹੁੰਦੇ ਹੋ, ਨਾਲ ਸਹਿਯੋਗ ਕਰਨਾ ਚਾਹੁੰਦੇ ਹੋ, ਸਪੋਂਸਰ ਕਰਨਾ ਚਾਹੁੰਦੇ ਹੋ, ਤਾਂ ਉਹ ਵੀ ਕਰ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰਾ ਜੀ, ਇੱਕ ਵਾਰ ਫਿਰ ਮੈਂ ਜਗਤਾਰ ਸਿੰਘ ਜੱਗੀ ਅਤੇ ਗੱਲ ਆ ਚਾਰੀ, ਕਿੰਮੀ ਵਰਮਾ ਜੀ ਸਾਡੇ ਨਾਲ ਜੁੜੇ ਆ, ਔਰ ਮਿਸ ਐਂਡ ਮਿਸਿਜ਼ ਪੰਜਾਬਣ USA ਜੋ ਕਿ ਅਕਤੂਬਰ ਦੇ ਮਹੀਨੇ ਵਿੱਚ ਹੋਣ ਜਾ ਰਿਹਾ, ਉਹਦੇ ਬਾਰੇ ਗੱਲਬਾਤ ਸ਼ੁਰੂ ਅੱਜ ਅਸੀਂ ਕੀਤੀ ਹੈ ਪ੍ਰੋਗਰਾਮ, ਅੱਜ ਤੋਂ ਅਸੀਂ ਪ੍ਰਮੋਸ਼ਨ ਉਹਦੀ ਸ਼ੁਰੂ ਕੀਤੀ ਹੈ, ਅਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਪ੍ਰਮੋਸ਼ਨ ਉਹਦੀ ਦੇਖੋਗੇ। ਜਿਹੜੇ ਪਾਰਟੀਸਪੈਂਟ ਨੇ ਉਹਨਾਂ ਦੀਆਂ ਵੀ ਅਸੀਂ ਵੀਡੀਓ ਬਣਾ ਕੇ ਤੁਹਾਡੇ ਨਾਲ ਜਸ ਪੰਜਾਬੀ 'ਤੇ ਸਾਂਝੀਆਂ ਕਰਾਂਗੇ, ਅਤੇ ਫਿਲਹਾਲ ਕਿੰਮੀ ਵਰਮਾ ਜੀ ਨਾਲ ਗੱਲ ਨੂੰ ਅੱਗੇ ਤੋਰਦੇ ਹਾਂ ਜੀ। ਕਿੰਮੀ ਜੀ, ਹਾਂਜੀ, ਅਤੇ ਅੱਛਾ, ਇੱਕ ਤਾਂ ਚਲੋ ਪਾਰਟੀਸਪੈਂਟ ਹੋ ਗਏ ਜੀ, ਉਹ ਜੁੜਨਾ ਚਾਹੁੰਦੀਆਂ ਲੇਡੀਜ਼, ਲੜਕੀਆਂ ਜਾਂ ਸਾਡੀਆਂ ਬਜ਼ੁਰਗ ਮਾਤਾਵਾਂ, ਭੈਣਾਂ, ਚਾਚੀਆਂ, ਤਾਈਆਂ, ਅਤੇ ਇੱਕ ਤਾਂ ਚਲੋ ਇਹ ਹੋ ਗਿਆ ਜੀ। ਇੱਕ ਦੂਜਾ ਪੱਖ ਇਹ ਹੁੰਦਾ ਵੀ ਕੋਈ ਵੀ ਕੰਮ ਜਿਹੜਾ ਹੈਗਾ ਉਹ ਪੈਸੇ ਤੋਂ ਬਿਨਾਂ ਸਿਰੇ ਨਹੀਂ ਚੜ੍ਹਦਾ ਹੈਗਾ। ਜੇ ਕੋਈ ਸਪੋਂਸਰ ਜੁੜਨਾ ਚਾਹੇ ਤੁਹਾਡੇ ਨਾਲ, ਜਾਂ ਕੋਈ ਕਿਸੇ ਤਰੀਕੇ ਨਾਲ ਜੁੜਨਾ ਚਾਹੁਣ ਇਸ ਇਵੈਂਟ ਦੇ ਨਾਲ, ਤੇ ਨੰਬਰ ਇਹੀ ਹੈਗਾ ਜੀ ਜਿਹੜਾ, ਜਾਂ ਹੋਰ ਕੋਈ ਤੇ ਸੰਪਰਕ ਕਰ? ਉਹ ਕੀ ਨੰਬਰ ਹੈਗਾ ਵਾ, ਉੱਤੇ ਖਾਲੀ ਉਹ ਸਬਜੈਕਟ ਲਿਖਣਗੇ ਵੀ ਸਪੋਂਸਰਸ਼ਿਪ, ਤੇ ਐਡਵਰਟਾਈਜ਼ਿੰਗ ਲਈ ਵੀ, ਮਤਲਬ ਸਾਰੇ ਜੁੜ ਸਕਦੇ ਨੇ, ਐਡਵਰਟਾਈਜ਼ਿੰਗ ਲਈ ਅਸੀਂ ਪੈਕੇਜਸ ਦੇ ਸਕਦੇ ਹਾਂ ਲੋਕਾਂ ਨੂੰ ਸਪੋਂਸਰਸ਼ਿਪ ਲਈ, ਔਰ ਪਾਰਟਿਸਿਪੈਂਟਸ ਦਾ ਨਾਮ ਨੈਚੁਰਲੀ। ਅੱਛਾ, ਨਹੀਂ ਇਸ ਨੰਬਰ ਨੂੰ, ਨੰਬਰ ਤੇ ਕਾਲ ਕਰਨ ਕੇ ਟੈਕਸ ਕਰਨ? ਟੈਕਸ ਕਰਨ ਜਿਹੜੇ ਪਾਰਟਿਸਿਪੈਂਟ ਉਹ ਵੀ ਟੈਕਸ ਕਰਨ? ਸਿੱਧੀ ਹੋ ਜਾਂਦੀ ਹੈ ਜਾਂ ਉੱਥੇ ਵੀ ਉਹਨਾਂ ਨੂੰ ਮੈਸੇਜ ਛੱਡਣਾ ਪੈਂਦਾ, ਫਿਰ ਤੁਸੀਂ ਸੰਪਰਕ ਕਰਦੇ ਹੋ? ਆਨਲਾਈਨ ਵੀ ਉਹ ਸਾਨੂੰ ਫਾਰਮ ਭੇਜਣਗੇ, ਕਿਉਂਕਿ ਸਾਨੂੰ, ਅਸੀਂ ਸਾਰਿਆਂ ਨੂੰ ਅਪਰੂਵ ਨਹੀਂ ਕਰ ਸਕਦੇ, ਸਾਨੂੰ ਉਹ ਐਪਲੀਕੇਸ਼ਨ ਭੇਜਣਗੇ ਤਾਂ ਅਸੀਂ ਦੇਖਾਂਗੇ ਉਹਦੇ ਤੇ ਕਿ ਜਿਹੜਾ ਸਾਡਾ ਕ੍ਰਾਈਟੀਰੀਆ ਹੈਗਾ ਉਹਨੂੰ ਉਹ ਕ੍ਰੋਸ ਕਰਦੀਆਂ ਨੇ ਕਿ ਨਹੀਂ, ਕਿਉਂਕਿ ਬਹੁਤ ਜ਼ਰੂਰੀ ਇੱਕ ਕ੍ਰਾਈਟੀਰੀਆ ਕਿ ਤੁਹਾਡਾ ਕੋਈ ਪੰਜਾਬੀ ਲਿੰਕ ਹੋਣਾ ਜ਼ਰੂਰ ਆ, ਜ਼ਰੂਰ ਹੈ ਫੈਮਿਲੀ ਦਾ, ਮਤਲਬ ਜਾਂ ਤੇ ਮੰਮੀ ਜਾਂ ਡੈਡੀ ਜਾਂ ਕੋਈ ਨਾਨਕੇ ਜਾਂ ਦਾਦਕੇ ਜਾਂ ਕੋਈ ਕੋਈ ਪੰਜਾਬੀ ਹੋਣਾ ਜ਼ਰੂਰੀ ਹੈ। ਬਸ ਕਈ ਵਾਰੀ ਹੁਣ ਕਾਫੀ ਇੰਟਰਕਾਸਟ ਮੈਰਿਜਸ ਨੇ ਤਾਂ ਦੋਵੇਂ ਮੰਮੀ ਡੈਡੀ ਪੰਜਾਬੀ ਨਹੀਂ ਗਏ, ਪਰ ਇਟਸ ਓਕੇ, ਤੁਹਾਡੇ 'ਚ ਕੋਈ ਪੰਜਾਬੀ ਹੋਣਾ ਚਾਹੀਦਾ। ਅਤੇ ਅਸੀਂ ਆਏ ਨਹੀਂ ਚਾਹੁੰਦੇ ਕਿ, ਕਿਉਂਕਿ ਵਿੱਚ ਨਾ ਇੱਕ ਦੋ ਹੋਰ ਆਈਆਂ ਸੀਗੀਆਂ ਮੇਰੇ ਕੋਲ ਐਂਟਰੀਜ਼, ਉਹ ਪੰਜਾਬ ਤੋਂ ਵੀ ਨਹੀਂ ਸੀ ਤੇ ਉਹਨਾਂ ਦੇ ਕੋਈ ਪੰਜਾਬੀ ਫੈਮਿਲੀ ਕਨੈਕਸ਼ਨ ਵੀ ਨਹੀਂ ਸੀਗੇ, ਉਹ ਇੰਡੀਆ ਤੋਂ ਹੋਰ ਕਿਸੇ ਪਾਰਟ ਤੋਂ ਸੀ, ਬਟ ਦੇ ਵਾਂਟਡ ਟੂ ਪਾਰਟਿਸਿਪੇਟ। ਪਰ ਅਸੀਂ ਕਿਹਾ ਵੀ ਨਹੀਂ, ਹੈ ਨਾ, ਮੈਂ ਚਾਹੁੰਦੀ ਹਾਂ ਕਿ ਪੰਜਾਬੀ ਕਲਚਰ ਪ੍ਰਮੋਟ ਕਰਾਂ, ਪੰਜਾਬੀ ਲੇਡੀਜ਼ ਨੂੰ ਪ੍ਰਮੋਸ਼ਨ ਮਿਲੇ, ਤਾਂ ਅਸੀਂ ਫਿਰ ਉਹ ਪ੍ਰੋਜੈਕਟ ਕਰਦੇ। ਅੱਛਾ, ਤੇ ਪਾਰਟਿਸਿਪੈਂਟ ਨੂੰ ਪੰਜਾਬੀ ਆਉਣੀ ਜ਼ਰੂਰੀ ਹੈ? ਥੋੜ੍ਹੀ ਬਹੁਤ, ਥੋੜ੍ਹੀ ਬਹੁਤ ਆਉਣੀ ਜ਼ਰੂਰੀ ਹੈ, ਹਾਂਜੀ, ਲਿਖਣੀ ਪੜ੍ਹਨੀ ਆਉਣੀ ਜ਼ਰੂਰੀ। ਅੱਛਾ, ਠੀਕ ਹੈ, ਬੋਲਣੀ ਥੋੜ੍ਹੀ ਬਹੁਤ ਬੋਲਣੀ, ਕਿਉਂਕਿ ਕੁਐਸਚਨ ਜਿਹੜੇ ਉਹਦੇ 'ਚ ਹੋ ਸਕਦੇ ਨੇ, ਅਤੇ ਜੇ ਤੁਸੀਂ ਹੈਗਾ ਟਾਈਮ ਤਾਂ ਕੱਲ੍ਹ ਨਾਲ ਨਾਲ ਲੈ ਲਈਏ, ਮੇਰੇ ਖਿਆਲ ਤੁਹਾਡੇ ਨਾਲ ਗੱਲ ਕਰਨ ਵਾਸਤੇ ਸਾਡੇ ਦਰਸ਼ਕ ਹੋਣਗੇ, ਜੁੜ ਸਵਾਲ ਸੀਗੇ ਇੱਕ ਦੋ ਹੋਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਖੁਰਾਣਾ ਸਾਹਿਬ। ਹਾਂਜੀ, ਥੈਂਕ ਯੂ ਜੀ, ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਜੀ। ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਕਿੰਮੀ ਵਰਮਾ ਜੀ ਨੂੰ ਲੈ ਕੇ ਆਏ ਜੀ ਆਪਣੇ ਸ਼ੋਅ ਦੇ ਵਿੱਚ, ਜਿਹੜਾ ਇੱਕ, ਜੇ ਅਸੀਂ ਵਕਤ ਨਾਲ ਬਦਲਾਂਗੇ ਨਹੀਂ ਜੀ, ਤੇ ਸਾਡੇ ਬੱਚੇ ਅੱਗੇ ਕਿਵੇਂ ਵਧਣਗੇ? ਬਿਲਕੁਲ ਬਿਲਕੁਲ, ਤੇ ਬਿਊਟੀ ਵਿਦ ਬ੍ਰੇਨ ਜਿਹੜਾ ਹੈ ਨਾ, ਅੱਜ ਕੱਲ੍ਹ ਤੇ ਉਹ ਬਿਊਟੀ ਨਹੀਂ ਵੇਖਦੇ, ਬਿਊਟੀ ਵਿਦ ਬ੍ਰੇਨ ਵੀ ਵੇਖਦੇ। ਬਿਲਕੁਲ ਬਿਲਕੁਲ, ਤੇ ਪੂਰੀ ਤਰ੍ਹਾਂ ਮੈਂ ਤੇ ਤੁਹਾਡਾ, ਤੇ ਨਾਲੇ ਅੱਜ ਮਿਲਖਾ ਸਿੰਘ ਜੀ ਨੂੰ ਜੀ, ਸਾਰੇ ਜਸ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਤੇ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨੀ ਚਾਹਾਂਗਾ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਖੁਰਾਣਾ ਸਾਹਿਬ, ਉਹਨੇ ਮੈਨੂੰ ਗੱਲ ਪੂਰੀ ਕਰ ਦੇਣਾ ਜੀ। ਹਾਂਜੀ ਹਾਂਜੀ, ਉਹਨਾਂ ਦਾ ਫਲਾਇੰਗ ਸਿੱਖ ਦਾ ਨਾਂ ਦੇਣ ਦੇ ਪਿੱਛੇ ਵੀ ਕਹਾਣੀ ਹੈ ਜੀ। ਅਸੀਂ ਕਿੰਮੀ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਦੇ ਜੀ, ਹੁਣ ਥੋੜ੍ਹੀ ਦੇਰ ਕਿੰਮੀ ਜੀ ਨਾਲ ਗੱਲ ਕਰਕੇ ਤੁਸੀਂ ਕਾਲ ਦੁਬਾਰਾ ਕਰ ਲਿਓ, ਬ੍ਰੇਕ ਤੋਂ ਬਾਅਦ ਅਸੀਂ ਉਸ ਟੋਪਿਕ 'ਤੇ ਗੱਲ ਕਰਾਂਗੇ ਜ਼ਰੂਰ। ਅਤੇ ਹੁਣ ਅਸੀਂ ਥੋੜ੍ਹੀ ਦੇਰ ਹੋਰ ਮਿਸ ਐਂਡ ਮਿਸਿਜ਼ ਪੰਜਾਬਣ 'ਤੇ ਗੱਲ ਕਰਾਂਗੇ, ਈਵੈਂਟ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ। ਸੋ ਇਹ ਬਹੁਤ ਸਾਰੀਆਂ ਇੱਦਾਂ ਦੇ ਕਿੰਮੀ ਜੀ ਹੋਏ ਨੇ, ਤੁਸੀਂ ਤੁਸੀਂ ਕਿਹੜੇ ਕਿਹੜੇ 'ਚ ਪਾਰਟੀਸਪੇਟ ਕੀਤਾ ਸੀ? ਮੈਂ ਮਿਸ ਇੰਡੀਆ, ਮਿਸ ਬੋਂਬੇ, ਅਤੇ ਇੱਥੇ ਮਿਸ ਅਮੈਰੀਕਾ, ਮਿਸ ਇੰਡੀਆ ਅਮੈਰੀਕਾ, ਯੂਐਸਏ, ਇਹਨਾਂ ਦੇ ਵਿੱਚ, ਅਤੇ ਹੋਰ ਵੀ ਥੋੜ੍ਹੇ ਛੋਟੇ ਬਹੁਤੇ
ਪੈਜੈਂਟ ਮੇਰੇ ਖਿਆਲ ਨਾਲ ਪੈਜੈਂਟ ਦਾ ਹੁਣ ਇਹ ਤਾਂ ਬਹੁਤ ਡਿਫਰੈਂਟ ਹੁੰਦੀ ਹੈ ਚੀਜ਼ ਇਟਸ ਨਾਟ ਕਿ ਬਈ ਖਾਲੀ ਤੁਹਾਡੀ ਫਿਜ਼ੀਕਲ ਬਿਊਟੀ ਤੇ ਇਹ ਤੇ ਉਹ ਥਿੰਕਿੰਗ ਲੋਕਾਂ ਦੀ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਇਹ ਮੇਰੇ ਖਿਆਲ ਪਹਿਲਾਂ ਹੀ ਕਰਾ ਰਹੇ ਹੋ ਕਿ ਪਹਿਲਾਂ ਇਸ ਤੋਂ ਵੀ ਕਰਾਇਆ ਕੋਈ ਪ੍ਰੋਗਰਾਮ ਸਵਾਗਤ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਮਿਸ ਪੰਜਾਬਣ ਤੇ ਮਿਸਿਸ ਪੰਜਾਬਣ ਜੀ ਦੋਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਕਿ ਮਿਸ ਪੰਜਾਬਣ ਦਾ ਉਹ ਮਨ ਦੇ ਵਿੱਚ ਚਾਅ ਹੋਣਾ ਚਾਹੀਦਾ ਉਮਰ ਕੋਈ ਵੀ ਹੋਵੇ ਜੀ ਬਿਲਕੁਲ ਸਿਆਣੇ ਕਹਿੰਦੇ ਆ ਲੱਗਦਾ ਵਾ ਵੀ ਅੱਡੀ ਰਹਿੰਦੀ ਗੌਰ ਵਾਲੇ ਦਾ ਮੂੰਹ ਜੀ ਕੱਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ ਬਿਲਕੁਲ ਜੀ ਬਿਲਕੁਲ ਨਿਊਯਾਰਕ ਸਾਈਡ ਵੀ ਕਰਾਵਾਂਗੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਤੇ ਉਹ ਜਿਸ ਤਰ੍ਹਾਂ ਬੰਦੇ ਦੀ ਬਣਾਵਟ ਹੁੰਦੀ ਆ ਬੰਦਾ ਉਸ ਤਰ੍ਹਾਂ ਸੋਹਣਾ ਲੱਗਦਾ ਹੈ ਚਲੋ ਥੈਂਕ ਯੂ ਜੀ ਮੈਨੂੰ ਸੇਮ ਏਜ ਦਾ ਕਹਿਣ ਵਾਸਤੇ ਕਿੰਮੀ ਜੀ ਨਾਲ ਵੈਸੇ ਦੇਖਣ ਨੂੰ ਤਾਂ ਕਿੰਮੀ ਜੀ ਹੁਣ ਬਹੁਤ ਛੋਟੇ ਲੱਗਦੇ ਹੁਣ ਮੇਰੇ ਨੂੰ ਚਲੋ ਬਹੁਤ ਮਿਹਰਬਾਨੀ ਸਰਬਜੀਤ ਜੀ ਅੱਛਾ ਇੱਦਾਂ ਜੀ ਜਿਵੇਂ ਲਾਈਵ ਕਾਲਿੰਗ ਦੇ ਵਿੱਚ ਫਿਰ ਗਾਂਹ ਦੀ ਗਾਂ ਦਰਸ਼ਕ ਜੁੜਦੇ ਨੇ ਕਾਫੀ ਜ਼ਿਆਦਾ ਅਤੇ ਬੜਾ ਵਧੀਆ ਲੱਗਦਾ ਸੋ ਇਹ ਅਸੀਂ ਇਹ ਉਮੀਦ ਕਰਦੇ ਹਾਂ ਅਸੀਂ ਉਮੀਦ ਨਹੀਂ ਕਰਦੇ ਆਪਾਂ ਵਾਅਦਾ ਕਰਦੇ ਹਾਂ ਸਾਡੇ ਦਰਸ਼ਕਾਂ ਨਾਲ ਤੁਸੀਂ ਵੀ ਅਤੇ ਅਸੀਂ ਜੱਜ ਪੰਜਾਬੀ ਵੱਲੋਂ ਵੀ ਕਿ ਇਹਨੂੰ ਅਸੀਂ ਹਰ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਾਵਾਂਗੇ ਜੀ ਠੀਕ ਹੈ ਜੀ ਨਹੀਂ ਤੁਸੀਂ ਐਲੇ ਵਾਪਸ ਆ ਗਏ ਐਲੇ ਹੋਣਾ ਪ੍ਰੋਗਰਾਮ ਇਹ ਐਲੇ ਹੋਣਾ ਅੱਛਾ ਮੈਂ ਕਿ ਸ਼ਾਇਦ ਮੇਰੀ ਬੇਟੀ ਨੂੰ ਮੈਂ ਕਰਾਓ ਪਾਰਟਿਸਿਪੇਟ ਕਰਾਓ ਜੀ ਜ਼ਰੂਰ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਸੈੱਲ ਨੰਬਰ ਬੇਸ਼ੱਕ ਮੇਰੇ ਨਾਲ ਗੱਲ ਕਰ ਦਿਓ ਜੇ ਮੈਂ ਕਿਮੀ ਜੀ ਦਾ ਫਿਰ ਨੰਬਰ ਗੱਲ ਕਰਾ ਦੂੰਗਾ ਤੁਹਾਡੀ ਠੀਕ ਕੋਈ ਗੱਲ ਨਹੀਂ ਠੀਕ ਹੈ ਮੈਂ ਤੈਨੂੰ ਪੁੱਛ ਕੇ ਦੱਸੂੰਗੀ ਮੇਰੀ ਬੇਟੀ ਠੀਕ ਹੈ ਠੀਕ ਹੈ ਜੀ ਬਹੁਤ ਮਿਹਰਬਾਨੀ ਬਹੁਤ ਵਾਹ ਜੀ ਵਾਹ ਵਾਹ ਜੀ ਵਾਹ ਅੱਛਾ ਵਧੀਆ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਕਿਮੀ ਵਰਮਾ ਜੀ ਅਤੇ ਸੁਭਾਅ ਵੀ ਤੁਹਾਡਾ ਬਹੁਤ ਵਧੀਆ ਐਸੀ ਗੱਲ ਨਹੀਂ ਤਾਂ ਆਮ ਤੌਰ 'ਤੇ ਕਈ ਹੀਰੋਇਨ ਜਿਹੜੀਆਂ ਹੋਰ ਮਿਲੇ ਗੇਲੇ ਅਤੇ ਉਹ ਨਹੀਂ ਮਾ ਮਤਲਬ ਬਾਹਲਾ ਖੁੱਲ੍ਹ ਕੇ ਗੱਲਬਾਤ ਚਲੋ ਆਪੋ ਆਪਣਾ ਸਟਾਈਲ ਹੁੰਦਾ ਆਪਾਂ ਉਸ ਗੱਲ ਤੋਂ ਤਾਂ ਕੀ ਲੈਣਾ ਪਰ ਅਸੀਂ ਜਿਹੜੀ ਤੁਹਾਡੀ ਕਲਾ ਹੈਗੀ ਹੈ ਸਾਡੇ ਦਰਸ਼ਕਾਂ ਨੇ ਤਾਂ ਪੂਰੇ ਦੁਨੀਆਂ ਦੇ ਵਿੱਚ ਪਸੰਦ ਕੀਤੀ ਹੈ ਨਸੀਬੋ ਫਿਲਮ ਤੁਹਾਡੀ ਮੇਰੇ ਖਿਆਲ ਮੈਂ ਅਸੀਂ ਜਿੱਥੇ ਜਿੱਥੇ ਵੀ ਗਏ ਹਾਂ ਪੂਰੀ ਦੁਨੀਆਂ ਦੇ ਵਿੱਚ 20-22 ਕੰਟਰੀਜ਼ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ DVD ਪਹਿਲਾਂ ਹੁੰਦੀ ਸੀ CD ਹੁੰਦੀ ਸੀ ਤਾਂ ਹਰ ਘਰ ਦੇ ਵਿੱਚ ਪਈ ਹੈਗੀ ਅਤੇ ਸਿਨੇਮੇ 'ਚ ਲੋਕਾਂ ਨੇ ਹੋ ਸਕਦਾ ਉਹਨੇ ਨਾ ਦੇਖੇ ਜਿੰਨੀ ਘਰਾਂ ਦੇ ਵਿੱਚ ਦੇਖੀ ਹੈ ਅਤੇ ਨਾਲ ਦੀ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਫਿਰ ਮਿਸ ਪੰਜਾਬਣ ਨੂੰ ਰੱਖਦੇ ਹਾਂ ਸਮਰਪਿਤ ਮੈਂ ਗਲਤ ਹੋਰ ਪਾਸੇ ਦੀ ਆਉਣ ਲੱਗਾ ਸੀਗਾ ਅਤੇ ਇਹ ਮਿਸ ਐਂਡ ਮਿਸਿਜ ਪੰਜਾਬਣ ਦੇ ਵਿੱਚ ਜਿਹੜੀਆਂ ਮਿਸਿਜ ਹੈਗੀਆਂ ਜੀ ਇਹ ਕਈ ਹੋ ਸਕਦਾ ਕੋਈ ਜੋਬ ਵਗੈਰਾ ਕੰਮ ਕਰਦੇ ਇਧਰਲੇ ਮੁਲਕਾਂ ਸਾਰੇ ਕਰਦੇ ਆ ਜਿਹੜੀਆਂ ਮਿਸ ਹੈਗੀਆਂ ਉਹ ਵੀ ਕਰਦੀਆਂ ਹੋਣਗੀਆਂ ਜਿਹੜੀਆਂ ਮਿਸਿਜ ਨੇ ਉਹ ਵੀ ਕੰਮ ਕਰਦੀਆਂ ਹੋਣਗੀਆਂ ਅਤੇ ਉਹਨਾਂ ਦਾ ਟਾਈਮ ਐਡਜਸਟ ਹੋ ਜਾਏਗਾ ਜਾਂ ਕਿੱਦਾਂ ਮਤਲਬ ਜਾਂ ਉਹਨਾਂ ਨੂੰ ਟਾਈਮ ਕੱਢਣਾ ਹੀ ਪਏਗਾ ਤੁਹਾਡੇ ਹਿਸਾਬ ਨਾਲ ਅਸੀਂ ਨਾ ਰਿਹਰਸਲ ਰੱਖਾਂਗੇ ਬਿਕੋਜ਼ ਸਾਨੂੰ ਐਟਲੀਸਟ 6 ਹਫ਼ਤੇ ਪੈਜੈਂਟ ਦੀ ਤਰੀਕ ਤੋਂ 6 ਹਫ਼ਤੇ ਪਹਿਲਾਂ ਤੋਂ ਅਸੀਂ ਰਿਹਰਸਲ ਕਰਨੀਆਂ ਸਟਾਰਟ ਕਰਾਂਗੇ ਪੂਰੀਆਂ ਜਿੰਨੀਆਂ ਸਾਡੀਆਂ ਪਾਰਟਿਸਪੈਂਟਸ ਹੋਣਗੀਆਂ ਉਹਨਾਂ ਦੇ ਨਾਲ ਔਰ ਉਹ ਮੈਂ ਸਿਰਫ ਇੱਕ ਸੈਟਰਡੇ ਪਰ ਵੀਕ ਕਰਾਂਗੀ ਵਧੀਆ ਸਾਰੀ ਗੱਲਬਾਤ ਹੋ ਜਾਂਦੀ ਹੈ ਤੇ ਅੱਛਾ ਇਹ ਜਿਵੇਂ ਆਪਾਂ ਈਸਟ ਕੋਸਟ ਤੇ ਵੈਸਟ ਕੋਸਟ ਦੀ ਗੱਲ ਕਰਦੇ ਹਾਂ ਵੈਸਟ ਕੋਸਟ ਦਾ ਹੁਣ ਆਪਾਂ ਪਹਿਲਾਂ 16 ਅਕਤੂਬਰ ਦਾ ਰੱਖ ਰਹੇ ਹਾਂ ਤੇ ਇਹਦੇ ਵਿੱਚ ਪਾਰਟਿਸਪੇਟ ਤਾਂ ਫਿਰ ਕਿਤੇ ਵੀ ਕਰ ਸਕਦੇ ਪੂਰੇ ਅਮਰੀਕਾ ਦੇ ਵਿੱਚੋਂ ਕਿ ਨਹੀਂ
हाँ जी कितों भी कर सकते। ये जरूरी नहीं भी जे ईस्ट कोस्ट वाले ने ईस्ट कोस्ट ही करना वैस्ट कोस्ट नहीं कर सकते, क्योंकि बहुत सारे ऐसे ने जी जिन्हों के रैलेटिव वगैरह जो घर दोनों पास ही है ईस्ट कोस्ट भी वैस्ट कोस्ट भी है, सो पूरे पूरे अमेरिका चो कर सकते पार्टीसपेट। जी तो चलो जी पहली गल तो पार्टीसपेट जो बहुत सारिया कुड़ियां तो इस करके करनगे जी भी किमी वर्मा जी मिलने का मौका मिलेगा नाल, फिर तुसी टाइम भी तुहाडे नाल स्पेंड होएगा। तो ये तुहाडी टीम है सारी या कोई ऑर्गेनाइजेशन बनाई हुई है या तुसी कल्ले ही कर रहे हो? नहीं मैं कल्ली नहीं कर रही हूँ, मेरी टीम हैगी, मेरे नाल मेरी फ्रेंड हैगी है, वो बड़ी पूरी तरह इनवॉल्व है, कह लो ओदा नाम हैगा प्रीति डैंग। ते प्रीति ते मैं असीं इक्को तरह सोचदे, इक्को साडियां चॉइसिस ने, तां पर साडे टैलेंट अडड ने, तां ना सुनीत शी इज माय कोलैबोरेटर पार्टनर इन दिस। चलो बहुत वधिया जी, बहुत वधिया। तो दोबारा असी किसी दिन किसी स्टूडियो दे विच या उत्थों फिर लाइव कॉल ही रखांगे साडे दर्शकां दीआं तुहाडे नाल। तो अज वास्ते तुहाडा बहुत धन्नवाद, तो जरूर असी दोबारा फिर जल्दी साडे दर्शकां नाल मिस एंड मिसिज पंजाबण बारे जानकारी हासिल करांगे। तो एक बार तुसी अखीर दे विच जरूर सद्दा पत्र दे दिओ सारिआं नूं रजिस्ट्रेशन वास्ते। थैंक यू सो मच जग्गी जी तुहाडा, ते मैं सारिआं नूं कहना चाहूंगी कि अपने कोल ना इक्को जिंदगी हुंदी है जीवन जी, एक जिंदगी दिंदा वर, ते जदों कुछ करन नूं दिल करदा कोई मौका मिलदा तां गो फॉर इट, डू इट। ते थोड़ा मन करदा पार्टिसिपेट करन लई, डजंट मैटर द एज, प्लीज कॉल अस, राइट टू अस, सारे तरीके हैगे ने, तुसीं प्लीज सानूं कॉन्टैक्ट करो जी। ते बहुत मेहरबानी जी तुहाडी, प्यार भरी सति श्री अकाल तुहानूं। थैंक यू जी, थैंक यू, बहुत मेहरबानी जी। किमी वर्मा जी साढ़े ना जुड़े हुए सी, गलबात कर रहे थे, खास तौर पर गल असी कर रहे थे भी ईवेंट्स शुरू हो गई ने, तो शुरुआत असी ईवेंट्स की अज असी कर दी है जी 16 अक्टूबर असी मिस एंड मिसिज पंजाबन USA करवावे। ये शुरुआत करके हर साल असी जरूर साढ़े दर्शकों वास्ते ये प्रोग्राम लैके आवेंगे। जिमें दसिया किमी जी ने कि ये उम्र की कोई लिमिट नहीं हैगी, किसी तरह की कोई लिमिट नहीं हैगी, कोई बहुत ज़्यादा शर्तं भी नहीं है, हर उम्र की लेडीज़ कुड़ी औरत भाग लै सकती है। सो नंबर स्क्रीन पर आ रहे थे, जो नहीं भी हो तो मेरे को नंबर लैके किमी जी नाल गल कर सकते हो। फिलहाल एक ब्रेक लेने, ब्रेक तो बाद फिर तुहाडियां कॉल लवेंगे, तो गल फिर अज आप मेले वगैरह दी करांगे, तो तुसीं देखते रहो जस पंजाबी। आप मिलते हैं ब्रेक तो बाद, हाजिर हाँ ब्रेक तो बाद। एक बार फिर ब्रेक तो पहला किमी वर्मा जी साढ़े जुड़े थे और गलबात कर रहे थे मिस एंड मिसिज पंजाबन USA की। सो तुसी भी जरूर पार्टिसिपेट कर सकते हो, उस बारे सारी जानकारी असी पहले दसी है। तो हुण आपां प्रोग्राम नूं अगे वधाउने आ, ते गल फिर अज मैं यही सोचदा भी मेलिया दी ओ कर लईए। मेले पंजाब दे विच लगदे सी बहुत, शुरू तो वक्खरा वक्खरा रूप रहा मेलिया दा। पहले समय दे विच मेले जिहड़े देखण जांदे हुंदे सीगे काफ़ी देर, जदों निक्के निक्के हुंदे याद है भी उदों पजामा ते झग्गा उन्हों प्रेस प्रुस तो लाइट लूट होंगी नहीं, प्रेस भी नहीं होंगी सी पिंडां दे विच मेरे ख्याल, तो उन्होंने फिर तय मार के फिर सराहने थले रख जाइए, सवेर तक वधिया प्रेस जो हो जाते थे पा के मेले जाते होंगे। सो बाहरले मुल्कां की गल करिए, तो बाहरले मुल्कां दे विच भी मेलिया ने एक वक्खरा रूप धारिया सीगा, बहुत सारे शो जिहड़े इस हालां दे विच होंदे सी उह मेलिया ने खा लए, क्योंकि हाल दे विच जदों शो हुंदा तां उहदी टिकट रखी जाती बकायदा, तो मेले के फ्री एंट्री होंगी है, वो तो 5-10 डॉलर के इंटैक्ट रखी होंगी है, बल्कि वो भी नहीं होंगी मेलिया के, खेड मेलिया ज़्यादातर होंगे। फिर दर्शक साढ़े उत्थे देख लेंगे कलाकारों, फिर वो हाल के टिकट कट के महंगी 50-100 डॉलर की वह नहीं जाते। सो मेलिया ने एक तो जोड़े थिएटर के हालों के प्रोग्राम होंगे सी वो खत्म करते। मेरा सवाल यह साढ़े दर्शकों वास्ते भी जिन्ना क भी समा बचा, बहुत सारे लोग कहते जी लोगों ने आना नहीं हजे प्रोग्रामा, टगर कीर्तन भी होने लोगों ने आना नहीं, पर ज़्यादातर लोग ये कहिंदे ने भी नहीं, लोग घर रह रह के अक चुके आ, लोग वध तो वध भाग लैणगे इन्हां प्रोग्रामां दे विच, कोई भी प्रोग्राम हुंदा चाहे असीं धार्मिक प्रोग्राम करदे आ। धार्मिक प्रोग्रामां दी गल करिए, धार्मिक प्रोग्राम भी शुरू हो गए ने, असीं लाइव दिखाए भी है, तो आने वाले दिनों भी तुहानूं लाइव दिखा रहे हैं काफ़ी प्रोग्राम जिहड़े गुरु घरां तों। तो यह हुण जिद्दां असीं अज इहदी गल कीती है मिस एंड मिसिज पंजाबन दी, ये भी तुहाडे रूबरू करना, तो नाल दी नाल होर प्रोग्राम खेड मेले भी शुरू हो रहे हैं, खेड मेले का भी सानू आ गए फोन, जिवें मिशीगन हुंदा जां सिनसिनाटी हुंदे ने जां इधरले मुल्क बे एरिए च हुंदे ने, वो भी सारे खेड मेले की भी लोग तैयारी खिंच रहे हैं। सो तुहाडा की ख्याल है कि लोग वध चढ़ के आउणगे पहलां नालों जां हजे साल खंड डरनगे? कुछ लोग कहिंदे जी अजे 5-4 साल कुछ नहीं होना,
ਤੇ ਕੁਝ ਕਹਿੰਦੇ ਜੀ ਇੱਕ ਵਾਰੀ ਮੌਕਾ ਮਿਲੇ ਸੀ ਤੇ ਆਪਾਂ ਹੁਣੇ ਤਿਆਰ ਆ। ਕੀ ਵਿਚਾਰ ਨੇ ਤੁਹਾਡੇ? ਆਪਾਂ ਕਾਲਾਂ ਸਿਲਸਿਲਾ ਅੱਗੇ ਵਧਾਉਣੇ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਮਨਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜਗਤਾਰਾ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਹੋ? ਹਾਂਜੀ ਠੀਕ ਠਾਕ, ਬਿਲਕੁਲ ਤੁਹਾਨੂੰ ਨਾ ਕੱਲ ਮੈਂ ਜਾ ਕੇ ਆਏ ਤੇ ਰੂਟ ਵਿੱਚ ਤਲਵੇਰ। ਅੱਛਾ ਜੀ, ਉੱਥੇ ਮੇਲੇ ਵਾਲਾ ਮਾਹੌਲ ਹੁੰਦਾ, ਮੈਂ ਕੱਲ ਹੈਰਾਨ ਹੋ ਗਿਆ, ਉੱਥੇ ਬਿਲਕੁਲ ਕਿਸੇ ਜਗ੍ਹਾ ਵੀ ਮਾਸਕ ਰਾ ਨਹੀਂ ਕੋਈ ਚੱਕਾ। ਅੱਛਾ, ਪੂਰਾ ਮੇਲੇ ਵਾਲਾ ਮਾਹੌਲ ਸੀ? ਹਾਂਜੀ, ਈਵਨ ਮੇਰੇ ਨਾਲ ਕਾਫੀ ਫਰੈਂਡ ਗਏ ਸੀਗੇ, ਮੈਂ ਚੱਲ ਤੁਹਾਨੂੰ ਆਪਣਾ ਲੰਚ ਕਰਾਉਂਦੇ ਹਾਂ ਕਿ ਰੈਸਟੋਰੈਂਟ 'ਚ। ਪਹਿਲਾਂ ਮੈਂ ਉਹਨੂੰ ਡੋਜ਼ ਪੁੱਛਿਆ ਬਈ ਕੀ ਰਿਕੁਆਇਰਮੈਂਟ ਆ, ਕਹਿੰਦਾ ਕੋਈ ਰਿਕੁਆਇਰਮੈਂਟ ਨਹੀਂ, ਦੱਸੋ ਕਿੰਨੇ ਬੰਦੇ ਆ। ਸਾਰਾ ਰੈਸਟੋਰੈਂਟ ਫੁੱਲ ਸੀਗਾ, ਕਿਸੇ ਕੋਲ ਮਾਸਕ ਨਹੀਂ। ਅਤੇ ਇਹਦਾ ਮਤਲਬ ਜੇ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਸ਼ੁਰੂ ਹੁੰਦੇ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਸੱਭਿਆਚਾਰਕ ਨੇ, ਚਾਹੇ ਖੇਡ ਮੇਲੇ ਨੇ, ਅਤੇ ਲੋਕ ਵੱਧ ਚੜ੍ਹ ਕੇ ਆਉਣ ਦੀ ਸੰਭਾਵਨਾ ਹੈਗੀ ਆ। ਹਾਂਜੀ ਹਾਂਜੀ ਹਾਂਜੀ, ਕੋਈ ਕੋਈ ਸਟੇਟ ਪਤਾ ਸਾਡੇ ਸਟੇਟ ਖੁੱਲ੍ਹ ਗਈ ਇੱਥੇ, ਨਹੀਂ ਸਾਡੇ ਵਾਲੀ ਵੀ ਖੁੱਲ੍ਹ ਗਈ। ਸਾਡੇ ਵੀ ਉਹਨਾਂ ਨੇ ਕਿਹਾ ਵੀ ਇਨਡੋਰ 5000 ਬੰਦਾ ਇਕੱਠਾ ਹੋ ਸਕਦਾ ਹੈ ਕੈਲੀਫੋਰਨੀਆ 'ਚ, ਆਊਟਡੋਰ 10000, ਅਤੇ ਇਹਦੇ ਉੱਪਰ ਕੀ ਹੋ ਸਕਦਾ? ਨਹੀਂ ਹੋ ਗਿਆ, ਚਲੋ ਪਰਮਾਤਮਾ ਦਾ ਸ਼ੁਕਰ ਹੈ ਵੀ ਦੁਬਾਰਾ ਫਿਰ ਮੌਕਾ ਨਾ ਆਵੇ। ਤਾਂ ਕੀ ਵਿਚਾਰ ਨੇ ਮੇਲਿਆਂ ਬਾਰੇ? ਇੱਧਰਲੇ ਮੁਲਕਾਂ 'ਚ ਮੇਲੇ ਲੱਗਦੇ ਨੇ, ਜਿਵੇਂ ਤੀਆਂ ਦਾ ਮੇਲਾ ਵੀ ਅਸੀਂ ਦੇਖਿਆ ਹੋਊਗਾ, ਕਿਤੇ ਨਾ ਕਿਤੇ ਸੁਣਿਆ ਹੋਊ ਤੁਸੀਂ? ਇੱਧਰ ਦੇ ਮੇਲਿਆਂ ਦੇ ਨਾਲ ਉੱਥੇ ਦੇ ਮੇਲੇ ਨਾਲ ਬਹੁਤ ਫਰਕ ਹੈ ਜੀ। ਅਸੀਂ ਮੈਂ ਚਲੋ 84 ਦਾ ਆਇਆ, ਉਸ ਤੋਂ ਪਹਿਲਾਂ ਦੀ ਗੱਲ ਆ, ਮੈਨੂੰ 80 ਦੇ 80 ਤੋਂ ਚੱਲ 82 ਦਾ ਬਣਾ ਲਓ ਜੀ ਜੀ ਜੀ, ਅਤੇ ਜੇ ਅਸੀਂ 2 ਰੁਪਈਏ ਲੱਗੇ ਸਾਡੇ ਮੰਡਾਲੀ ਆ ਮੇਲਾ ਲਾਗੇ ਲੱਗਦਾ, ਮੰਡਾਲੀ ਸ਼ਰੀਫ ਜਿਹੜਾ ਹੈਗਾ। ਹਾਂਜੀ ਹਾਂਜੀ, ਅਤੇ ਉਹ 3 ਦਿਨ ਦਾ ਮੇਲਾ, ਇਹਨਾਂ ਨੂੰ ਨਾ ਹੁੰਦਾ ਹਾਰ 15-14-15 ਦਿਨ, ਜ਼ਿਆਦਾ ਮੇਲੇ ਜਿਹੜੇ ਜਗ੍ਹਾ 'ਤੇ ਨੇ ਉਹ ਇਹਨਾਂ ਦਿਨਾਂ 'ਚ ਸ਼ੁਰੂ ਹੁੰਦੇ, ਗਰਮੀਆਂ 'ਚ ਹੁੰਦੇ। ਹਾਂਜੀ ਹਾਂਜੀ, 2 ਰੁਪਈਏ ਨਹੀਂ ਲੁੱਕਦੇ ਹੁੰਦੇ ਅਸੀਂ ਕੋਈ ਕੁਛ ਖਾਂਦੇ। ਠੀਕ ਹੈ ਜੀ, ਅਤੇ ਹੋਰ ਤਾਂ ਸਾਨੂੰ ਪਤਾ 100 ਰੁਪਈਆ 500 ਰੁਪਈਏ ਦੀ ਕੋਈ ਕੀਮਤ ਨਹੀਂ ਹੈਗੀ ਜੀ। ਚਲੋ ਨਾਲ ਨਾਲ ਚਲੋ ਮਿਲਖਾ ਸਿੰਘ ਜੀ ਨੂੰ ਯਾਦ ਕਰਦੇ ਜੀ, ਮਿਲਖਾ ਸਿੰਘ ਜੀ ਵਿਚਾਰੇ, ਚਲੋ ਨਾਮ ਉਹਨਾਂ ਦਾ ਰਹੇਗਾ ਰਹਿੰਦੀ ਦੁਨੀਆ ਤੱਕ। ਮੈਂ ਹੁਣੇ ਬ੍ਰੇਕਿੰਗ ਨਹੀਂ ਦੇਖੀ ਆ, ਸੌਰੀ, ਉਹ ਵੀ ਉਹ ਰਾਤੀ 11:24 'ਤੇ ਕਹਿੰਦੇ ਆਖਰੀ ਸਾਹ ਲਿਆ, PGI ਦੇ ਵਿੱਚ ਹੀ ਦਾਖਲ ਸੀਗੇ। ਉਹਨਾਂ ਦੀ ਵਾਈਫ ਦੀ ਹਜੇ ਪਿਛਲੇ ਹਫ਼ਤੇ ਡੈਥ ਹੋਈ ਹੈ, ਅਤੇ ਇਹ 91 ਈਅਰ ਸੀਗੇ, ਉਮਰ ਤਾਂ ਚਲੋ ਠੀਕ ਸੀਗੀ, ਪਰ ਫਿਰ ਵੀ ਇੱਕ ਬਹੁਤ ਵੱਡੀ ਹਸਤੀ ਸੀਗੇ ਉਹ। ਬਿਲਕੁਲ ਜੀ, ਹਾਂ ਜੀ, ਚਲੋ ਜੀ, ਮਿਹਰਬਾਨੀ ਮਿਹਰਬਾਨੀ ਜੀ। ਹੋਰ ਜੀ, ਹੋਰ ਬਹਾਨਾ ਬਣਨਾ ਕਿਸੇ ਦਾ ਕੋਈ ਕੋਈ ਚੱਕਰ ਨਹੀਂ, ਬਹੁਤ। ਹੈਲੋ, ਹਾਂਜੀ ਖੁਰਾਣਾ ਸਾਹਿਬ ਜੀ, ਸਵਾਗਤ ਦੁਬਾਰਾ। ਹੈਲੋ ਜੀ ਜੀ, ਸਵਾਗਤ ਹੈ ਜੀ, ਜ਼ਰੂਰ। ਮੈਂ ਉਦੋਂ ਗੱਲ ਤੁਸੀਂ ਬਹੁਤ ਵਧੀਆ ਲੱਗੇ ਸੀ ਦੱਸਣ, ਮੈਂ ਵੀ ਆਮ ਸੌਰੀ ਕਿ ਮੈਂ ਉਹ ਗੱਲ ਬਹਿ ਕੇ ਚੱਲ, ਉਹਨਾਂ ਦਾ ਗੱਲਬਾਤ ਤੁਹਾਡੀ ਖਤਮ ਹੋ ਚੁੱਕੀ ਹੈ, ਅਤੇ ਮੈਂ ਨਾ ਪਰ ਸ਼ਹੀਦ ਭਗਤ ਸਿੰਘ ਜੀ ਨੇ ਇੱਕ ਵਾਰੀ ਕਿਹਾ ਸੀ, ਸ਼ਹੀਦੋ ਕੇ ਚਿਤਾਓ ਪੇ ਲਗੇਂਗੇ ਹਰ ਵਰਸ ਮੇਲੇ, ਵਤਨ ਪੇ ਮਿਟਤੇ ਮਰਨੇ ਵਾਲੋਂ ਕੋ ਯਹੀ ਆਖਰੀ ਨਿਸ਼ਾਨ ਹੋਗਾ ਜੀ। ਬਿਲਕੁਲ, ਤੇ ਮੇਲੇ ਤੇ ਜਿਹੜੇ ਨੇ ਸਾਡੇ ਸੱਭਿਆਚਾਰਕ ਦਾ ਇੱਕ ਹਿੱਸਾ ਨੇ। ਹਾਂਜੀ, ਦਿੱਲੀ 'ਚ ਮੈਂ ਰਿਹਾ ਅਤੇ ਦਿੱਲੀ ਦੇ ਵਿੱਚ ਹਰ ਸਾਲ ਉਦੋਂ ਐਨੂਅਲ ਮੇਲਾ ਲੱਗਦਾ ਹੁੰਦਾ ਸੀ, ਸਟੇਟ ਫੇਅਰ ਕਹਿੰਦੇ ਤਾਂ ਜੀ, ਅਤੇ ਉਹਦੇ ਵਿੱਚ ਸਾਰੇ ਵਰਲਡ ਤੋਂ ਜਿਹੜੇ ਆਉਂਦੇ ਸਨ, ਆਪਣੇ ਸਟਾਲ ਲਗਾਉਂਦੇ ਸਨ, ਆਪਣੇ ਪ੍ਰੋਡਕਟ ਦਿੰਦੇ ਸਨ, ਅਤੇ ਲੋਕ ਫਿਰ ਜਿਹੜੇ ਪਹਿਲਾ ਹਿੱਸਾ ਹੁੰਦਾ ਸੀ ਉਹਦੀ ਟਿਕਟ ਵੀ ਜ਼ਿਆਦਾ ਹੁੰਦੀ ਸੀ ਜੀ, ਅਤੇ ਉਹਦੇ ਵਿੱਚ ਕੀ ਕਹਿੰਦੇ ਨੇ ਉਹ ਆਪਣੇ ਜਿਹੜੇ ਬਿਜ਼ਨਸਮੈਨ ਹੁੰਦੇ ਸਨ ਨਾ, ਉਹ ਆ ਕੇ ਆਪਣੇ ਉੱਥੇ ਦਾ ਕੁਝ ਇਸ ਤਰ੍ਹਾਂ ਕਰਕੇ ਕਰਦੇ ਹੁੰਦੇ ਸਨ ਜੀ ਜੀ ਜੀ। ਜੇ ਮੇਲੇ ਇੱਥੇ ਲੱਗਣਗੇ ਤੇ ਮੇਲਾ, ਤੇ ਦੇਖੋ ਇੱਕ ਸੱਭਿਆਚਾਰਕ ਹੈਗਾ, ਹੁਣ ਜਿੱਥੇ ਪੰਜਾਬ ਦੇ ਵਿੱਚ ਜਦੋਂ ਮੇਲਾ ਲੱਗਦਾ ਤੇ ਪਾਰਟੀਆਂ ਸਾਰੀਆਂ ਸਾਰੀਆਂ ਪਹੁੰਚ ਜਾਂਦੀਆਂ ਨੇ ਆਪਣਾ ਰੌਣਕ ਦਿੱਤਾ ਆਪਣੇ ਲੈਕਚਰ ਦੇਣ ਵਾਸਤੇ ਜੀ। ਬਿਲਕੁਲ ਬਿਲਕੁਲ, ਤੇ ਖੁਰਾਣਾ ਸਾਹਿਬ ਤੁਸੀਂ ਆਪਣੀ ਗੱਲ ਕਰ ਰਹੇ ਸੀਗੇ ਮਿਲਖਾ ਸਿੰਘ ਜੀ ਦੀ, ਗੱਲ ਬਹੁਤ ਵਧੀਆ ਦੱਸਣ ਲੱਗੇ ਸੀ ਤੁਸੀਂ। ਹਾਂਜੀ, ਮੈਂ ਉਹਨਾਂ ਨੂੰ ਪਹਿਲੇ ਤੇ ਮੈਂ ਉਹਨਾਂ ਨੂੰ ਫਿਰ ਦੁਬਾਰਾ ਸਰਦਾਰਜੀ ਮਿਲਖਾ ਸਿੰਘ ਜੀ ਨੂੰ ਪੇਸ਼ ਕਰਨਾ ਚਾਹੁੰਦਾ ਜੀ ਕਿ ਬਈ ਉਹਨਾਂ ਨੂੰ ਫਲਾਇੰਗ ਸਿੱਖ ਦਾ ਖਿਤਾਬ ਅਯੂਬ ਖਾਨ ਸਾਹਿਬ ਨੇ ਦਿੱਤਾ ਸੀ। ਕਿਹਨਾਂ ਨੇ ਜੀ? ਅਯੂਬ ਖਾਨ, ਅਯੂਬ ਖਾਨ ਸਾਹਿਬ ਨੇ। ਅੱਛਾ ਜੀ, ਇਹ ਕੌਣ ਸੀਗੇ? ਅਯੂਬ ਖਾਨ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਸਾਹਿਬ, ਪਾਕਿਸਤਾਨ ਦੇ ਪ੍ਰੈਜ਼ੀਡੈਂਟ ਸੀਗੇ ਉਦੋਂ। ਉਹ
इस तरह ये पिछे एक कहानी है जी के उन्होंने एक इन्होंने इनवाइट किया भी आके साडे इत्थे आके दौड़। अच्छा ते ओ जाना नहीं चाहिए आर्मी च भर्ती हो गए थे जाना नहीं चाहते सन जी ते आर्मी च सन ये सिर्फ पंडित नेहरू ने पर्सनली इंटरफियर करके क्या कि भाई क्यों इन्हों की पाकिस्तान नाल बड़िया बुरिया जो पाकिस्तान बनिया सी इन्हों के सारे परिवार को कतल कर दिता गया सी। ओहो अच्छा जी ते चल भैन है ना जी बच गई थी जी कि विआई हुई थी तो उत्थे आई सी जी तो इस करके कौड़िया यादा हुई जाना नहीं चाहिए पंडित नेहरू जी ने इन्होंने समझाया तो फिर उत्थे गए। अच्छा जी तो जिस वक्त इन्हें दौड़ना ही जो उन्होंने पाकिस्तान का जरा बड़ा एक वाला था हैगा सी रेसर वो सारे उम्मीद कर रहे सन बढ़िया दुआया से कि भी ये उन्होंने ला देगा मिल्खा सिंह जी पर होया ये कि इन्होंने उन्होंने रास्ता से मतलब जोड़ा बंदा एक अणख के नाम दौड़ना हो ना तो फिर उदा यू खान साहब ने तू तो उड़िया यू आर फ्लाइंग। अच्छा देन ही गॉट द नेम ऑफ फ्लाइंग सिख। वाह जी वाह क्या बात है। ते दूजी गल है कि जिस वक्त इन्होंने मेरा रोम पक्षी शायद जिथे गए सन 400 मीटर की रेस थी इन्हों की जिस वक्त दौड़े सन बहुत तेज दौड़े पर किसी तीन जे अगे आ गए सारे जिन्हें चार बंदे थे चौथे नंबर से रहे सन पर चार ने ही वर्ल्ड रिकॉर्ड तोड़िया बिलकुल सही गल है जी। असि जिथे तो मेलियां की भी गल कर रहे हैं पर इस महान हस्ती नूं भी याद करना बहुत जरूरी है। मिल्खा सिंह जी की गल करिए मिल्खा सिंह नूं पूरी दुनिया के लोग जानते हैं एक वक्री पछाण जी असी वक्री पछाण की गल करते हैं सिख की पग की पछाण की गल करते हैं तो जे वो फ्लाइंग सिख उन्होंने खिताब मिलिया सी तो इत्थे भी साडी पग की पछाण जी पूरी दुनिया के फैली सी। एक ब्रेक लैने जी ब्रेक तो बाद फिर तुहाडियां कालां सिलसिला जारी रखांगे फिलहाल देखते रहो जस पंजाबी मिलते हैं ब्रेक तो। हाजिर है जी थोड़ा समा है अजे कल कुला लेने तो गलबात करते हैं थोड़े नाल की विचार ने थोड़े किस तरह की गल करनी चाहते। हैलो जी सत श्री अकाल ऑन एयर हो सरदार गुरदीप सिंह जी संधर साहब। हाँ जी जगी साहब आवाज़ आ रही ठीक है? बिल्कुल सही आ रही है जी थानू आ रही। जगी साहब देखो दुख सुख जिंदगी का हिस्सा है जी ए मेले बसावे कबड्डी दे मैच या मूवियां या गाने जितना कुछ भी आ इंटरटेनमेंट साडे मन नूं खुशी दिंदे आ जी। ते तुसीं सवाल पुछिया सी वी लोकी ज्यादा आणगे नहीं बिलकुल बहुत ज्यादा आउणगे क्योंकि दुनिया की पई आ मक्खण सिंह श्री राम जिन्ने भी हो 440 मीटर रेस एशिया च किसी ने किसी कंट्री नू बहुत देर तक नहीं दिती। अच्छा उहदा रीजन ही मिल्खा सिंह सीगे कि मिल्खा सिंह 440 भी लाउंदे सी 100 मीटर भी लाउंदे सी उहनां तों बाद फिर देखा देखी कहिंदे ना वी जे तेंदुलकर ने इन्ने बनाए ते दूजा भी इन्ने बना गया उहनां रिकॉर्ड तोड़ गया रिकॉर्ड टुटदे रहिंदे आ फिर जी। पर मिल्खा सिंह दा रिकॉर्ड शायद अखीर च टुट्टिया जां नहीं मैनूं बहुत पता नहीं जी। पर एक नाम मिल्खा सिंह ने सिखां दा नाम उजागर कीता जिहनूं उड़ना सिख कहिंदे सी। बिलकुल जी बिलकुल बिलकुल हाँ जी। सो ये बहुत वधिया प्रोग्राम सी तुहाडा किमी जी बहुत वधिया। हाँ जी ओही प्रोग्राम असीं उलीकिया भी एक फिर कराइए प्रोग्राम असीं रल के करा रहे हैं सारे खुशी दे साधन है होने चाहिदे आ धीआं पुत्त जवान है चाहे बजुर्ग है साडे वर्गे बजुर्ग भी देख के खुश हुंदे आ सारे असीं चाहे उदां पुड़े आ पर अंदरों दिल तां जी साडा भी जवान है। नहीं बिल्कुल जी एंटरटेनमेंट तां हर बंदा चाहुंदा असीं आ देखदे आपां मेलियां दे विच चाटी चकणी जां रस्सा कस्सी बजुर्ग करदे पूरी कबड्डी दे मैच बजुर्गां दे हुंदे देखे मैं बहुत वधिया जी बहुत बहुत स्वागत जी। हां जी
ਅੱਜ ਸਾਡੇ ਸਾਰੇ ਖਾਨਦਾਨ ਦੇ ਵਿੱਚ, ਮੇਰੇ ਭਰਾਵਾਂ ਚ ਤੇ ਮੇਰੇ ਅੰਦਰ ਸਾਡੇ ਘਰ ਦੇ ਵਿੱਚ ਬਹੁਤ ਅਫਸੋਸ ਹੈ, ਕਿਉਂਕਿ ਮੇਰੇ ਵੱਡੇ ਭਰਾ ਦੇ ਸਰਦਾਰ ਹਰਦਿਆਲ ਸਿੰਘ ਦੇ ਨਿੱਜੀ ਦੋਸਤ ਸਰਦਾਰ ਮਿਲਖਾ ਸਿੰਘ ਇਸ ਦੁਨੀਆ ਤੋਂ ਚਲੇ ਗਏ। ਅੱਛਾ, ਤੁਹਾਡੇ ਬ੍ਰਦਰ ਦੇ ਖਾਸ ਮਤਲਬ ਸੀਗੇ ਇਹਨਾਂ ਨਾਲ? ਹਾਂਜੀ, ਉਹ ਮੇਰੇ ਬ੍ਰਦਰ 1969 ਤੋਂ ਲੈ ਕੇ 1961 ਤੱਕ ਇੰਗਲੈਂਡ ਆਉਣ ਤੋਂ ਪਹਿਲਾਂ ਦਿੱਲੀ ਦੇ ਵਿੱਚ ਨੌਕਰੀ ਕਰਦੇ ਸੀ ਗ੍ਰਾਸਲੈਂਡ ਦੀ, ਉਦੋਂ ਉਹਨਾਂ ਦੇ ਫਰੈਂਡ ਬਣੇ ਸੀ। ਅੱਛਾ ਜੀ, ਵਾਹ ਜੀ ਵਾਹ। ਹਾਂਜੀ, ਤੇ ਉਹ ਇਹਨਾਂ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਵਿੱਚ ਮੁਲਤਾਨ ਦੇ ਵਿੱਚ ਹੋਇਆ ਸੀ ਜੀ। ਇਹ ਤੁਹਾਡੀ ਆਵਾਜ਼ ਨਹੀਂ ਠੀਕ ਆ ਰਹੀ। ਮੇਰੀ ਆਵਾਜ਼ ਸਹੀ ਨਹੀਂ ਆ ਰਹੀ? ਮੈਨੂੰ ਤੁਹਾਡੀ ਆਵਾਜ਼ ਠੀਕ ਆ ਰਹੀ ਹੁਣ ਆ ਰਹੀ ਹੈ। ਹਾਂਜੀ ਹਾਂਜੀ ਹਾਂਜੀ, ਨਹੀਂ ਉੱਥੇ ਉੱਥੇ ਜਨਮ ਹੋਇਆ ਤੇ 1947 ਦੇ ਵਿੱਚ ਇਹਨਾਂ ਦੇ ਸਾਹਮਣੇ ਮਾਤਾ ਪਿਤਾ ਇਹਨਾਂ ਦੇ ਕਤਲ ਕਰਤੇ ਗਏ ਤੇ ਵਿਚਾਰੇ ਦਿੱਲੀ ਪਹੁੰਚੇ, ਉੱਥੇ ਆ ਕੇ ਇਹਨਾਂ ਨੇ ਬੂਟ ਪਾਲਿਸ਼ ਦਾ ਕੰਮ ਕਰਨ ਲੱਗ ਪਏ 16-17 ਸਾਲ ਦੀ ਉਮਰ ਦੇ ਵਿੱਚ। ਅੱਛਾ ਜੀ, ਫੌਜ ਦੇ ਵਿੱਚ ਭਰਤੀ ਹੋ ਗਏ, ਉੱਥੇ ਜਾ ਕੇ ਫੌਜ ਦੇ ਵਿੱਚ ਦੌੜਾਂ ਕਰਨ ਦਾ ਸ਼ੌਂਕ ਹੋਇਆ। ਇੰਨੇ ਚਿਰ ਨੂੰ ਫਿਰ ਲਾਹੌਰ ਦੇ ਵਿੱਚ ਪ੍ਰੈਜੀਡੈਂਟ ਅਯੂਬ ਖਾਨ ਉੱਥੇ ਆਏ ਹੋਏ ਸੀ ਪਾਕਿਸਤਾਨ ਦੇ, ਤੇ ਉੱਥੇ ਇਹਨਾਂ ਦੀਆਂ ਦੌੜਾਂ ਹੋਣੀਆਂ ਸੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹਨਾਂ ਨੂੰ ਕਿਹਾ ਵੀ ਤੂੰ ਜਾ। ਉਹ ਕਹਿੰਦੇ ਨਹੀਂ ਮੈਂ ਨਹੀਂ ਜਾਣਾ, ਕਿਉਂਕਿ ਪਾਕਿਸਤਾਨ ਦੇ ਵਿੱਚ ਮੇਰੇ ਮਾਂ ਬਾਪ ਮੇਰਾ ਸਾਰਾ ਟੱਬਰ ਕਤਲ ਕਰਤਾ ਗਿਆ, ਮੈਂ ਨਹੀਂ ਜਾਣਾ। ਤੇ ਉਹ ਕਿਸੇ ਤਰੀਕੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਮਨਾ ਲਿਆ ਤੇ ਆਪ ਉਹ ਇੱਥੇ ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਕਾਰ ਦੇ ਵਿੱਚ ਬਾਘੇ ਪੁਰਾਣੇ ਤੱਕ ਛੱਡ ਕੇ ਆਏ। ਅੱਛਾ ਜੀ। ਹਾਂਜੀ ਹਾਂਜੀ, ਤੇ ਫਿਰ ਜਦੋਂ ਇਹ ਲਾਹੌਰ ਦੇ ਵਿੱਚ ਇਹਨਾਂ ਨੇ ਉਹ ਖੇਡ ਮੈਦਾਨ ਦੇ ਵਿੱਚ ਉਹ ਰੇਸ ਜਿੱਤੀ 400 ਮੀਟਰ ਦੀ, ਜਿਹੜਾ ਉਹਨਾਂ ਦਾ ਪਾਕਿਸਤਾਨੀ ਖਿਡਾਰੀ ਸੀ, ਤੇ ਫਿਰ ਉਹ ਪਿੱਛੇ ਰਹਿ ਗਿਆ। ਜਿੰਨੀਆਂ ਵੀ ਮਿਲਖਾ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਜਿੰਨੀਆਂ ਵੀ ਪਾਕਿਸਤਾਨੀ ਔਰਤਾਂ, ਉਹ ਸਾਰਾ ਜਿਹੜਾ ਸਟੇਡੀਅਮ ਸੀ ਖਚਾਖਚ ਭਰਿਆ ਹੋਇਆ ਸੀ। ਇੱਕਦਮ ਉਹਨਾਂ ਨੇ ਜਦੋਂ ਇਹ ਅੱਗੇ ਲੰਘੇ ਤੇ ਇੱਕਦਮ ਔਰਤਾਂ ਨੇ ਆਪਣੇ ਨਕਾਬ ਮੂੰਹ ਤੋਂ ਹਟਾ ਤੇ, ਨੰਗੇ ਕਰ ਲਿਆ ਮੂੰਹ। ਅੱਛਾ ਜੀ। ਤੇ ਹਾਂਜੀ, ਫਿਰ ਉੱਥੇ ਪ੍ਰੈਜੀਡੈਂਟ ਅਯੂਬ ਖਾਨ ਨੇ ਇਹਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੱਤਾ। ਤੁਸੀਂ ਮਿਲੇ ਹੋਵੋਗੇ ਅਤੀਰ ਸਾਹਿਬ? ਮੈਂ ਨਹੀਂ ਮਿਲਿਆ, ਕਿਉਂਕਿ ਉਹ ਤਾਂ ਦਿੱਲੀ ਸੀ, ਅਸੀਂ ਪਿੰਡ ਰਹੇ ਸੀ ਤੇ ਮੇਰੇ ਬ੍ਰਦਰ ਮੈਂ 1960 ਦੇ ਵਿੱਚ ਸਾਡੇ ਘਰ ਟ੍ਰਿਬਿਊਨ ਇੰਗਲਿਸ਼ ਅਖਬਾਰ ਆਉਂਦਾ ਸੀ ਤੇ ਮੇਰੇ ਬ੍ਰਦਰ ਵੀ ਕੁਦਰਤੀ ਆਏ ਹੋਏ ਸੀ ਘਰ ਦੇ ਵਿੱਚ ਉਸ ਅਖਬਾਰ ਵਿੱਚ, ਕਿਉਂਕਿ ਮੇਰੇ ਫਾਦਰ ਵੀ ਥੋੜ੍ਹੀ ਬਹੁਤੀ ਇੰਗਲਿਸ਼ ਪੜ੍ਹ ਲੈਂਦੇ ਸੀ ਤੇ ਉਹ ਮੈਂ ਕਿਹਾ ਵੀ ਇਹ ਫੋਟੋ ਕਿਹਦੀ ਆ? ਮੇਰਾ ਬ੍ਰਦਰ ਕਹਿੰਦਾ ਮੇਰੇ ਦੋਸਤ ਸਰਦਾਰ ਮਿਲਖਾ ਸਿੰਘ ਦੀ ਆ। ਉਦੋਂ ਉਹ ਰੋਮ ਓਲੰਪੀਅਨ ਸੀ ਇਹ। ਜੀ ਜੀ ਬਿਲਕੁਲ। ਹਾਂਜੀ, ਤੇ ਉਹ ਤੇ ਦੌੜਾਂ ਲਾਉਂਦੇ ਦੀ ਫੋਟੋ ਆਈ ਸੀ ਟ੍ਰਿਬਿਊਨ ਇੰਗਲਿਸ਼ ਦੇ ਵਿੱਚ, ਪਰ ਸਾਡੀ ਇੰਡੀਆ ਦੀ ਗੌਰਮੈਂਟ ਐਡੇ ਵੱਡੇ ਐਥਲੀਟ ਨੂੰ ਜਿਹਨੇ ਦੁਨੀਆਂ ਦੇ ਵਿੱਚ ਨਾਂ ਇੰਡੀਆ ਦਾ ਮਸ਼ਹੂਰ ਕੀਤਾ ਤੇ ਉਸ ਨੂੰ ਕੋਰੋਨਾ ਦੀ ਬਿਮਾਰੀ COVID-19 ਤੋਂ ਬਚਾ ਹੀ ਨਹੀਂ ਸਕੀ। ਦੇਖੋ ਇਸ ਤੋਂ ਕੁਛ ਦਿਨ ਪਹਿਲਾਂ ਹੀ ਇਹਨਾਂ ਦੀ ਵਾਈਫ ਨਿਰਮਲਾ ਦਾ ਵੀ ਦੇਹਾਂਤ ਹੋ ਗਿਆ, ਇਹ ਅਕਾਲ ਚਲਾਣਾ ਕਰ ਗਏ ਤੇ ਵਾਹਿਗੁਰੂ ਇਹਨਾਂ ਦੀ ਦੋਨਾਂ ਨੂੰ, ਹਸਬੈਂਡ ਵਾਈਫ ਨੂੰ ਪਰਮਾਤਮਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਨਾਲ ਦੀ ਨਾਲ ਕਾਲਾਂ ਇੱਕ ਦੋ ਹੋਰ ਸੀਗੀਆਂ ਪਰ ਹੋਰ ਕਾਲ ਹੁਣ ਨਹੀਂ ਲੈ ਹੋਣੀ, ਪ੍ਰੋਗਰਾਮ ਦਾ ਸਮਾਂ ਖਤਮ ਹੈ। ਸਮੁੱਖ ਦੀ ਗੱਲ ਤਾਂ ਇਹੀ ਹੈ ਜੀ, ਇੱਕ ਤਾਂ ਮਿਲਖਾ ਸਿੰਘ ਜੀ 'ਤੇ ਅਸੀਂ ਦੁੱਖ ਜ਼ਾਹਰ ਕਰਦੇ, ਫਿਰ ਜਿੰਨੀਆਂ ਵੀ ਹਸਤੀਆਂ ਪਿਛਲੇ ਦਿਨਾਂ ਸਾਡੇ ਤੋਂ ਵਿਛੜੀਆਂ ਨੇ, ਬਹੁਤ ਵਿਛੜੀਆਂ ਨੇ, ਥੋੜ੍ਹੀਆਂ ਨਹੀਂ ਵਿਛੜੀਆਂ, ਉਹ ਪਰਮਾਤਮਾ ਦਾ ਭਾਣਾ ਮੰਨ ਕੇ ਅਸੀਂ ਸਾਰਿਆਂ ਨੂੰ ਯਾਦ ਕਰਦੇ ਹਾਂ, ਕਿਉਂਕਿ ਕਹਿੰਦੇ ਆ ਵੀ ਉਹਦੀ ਖੇਤੀ ਹੈ ਪੱਕੀ ਵੱਡੇ ਕੱਚੀ ਵੱਡੇ ਕੁਛ ਨਹੀਂ ਕਰ ਸਕਦੇ। ਸੋ ਨਾਲ ਦੀ ਨਾਲ ਜੇ ਅਸੀਂ ਹੁਣ ਗੱਲ ਕਰੀਏ ਥੋੜ੍ਹਾ ਜਿਹਾ ਪੋਜ਼ੀਟਿਵ ਦੀ, ਕਈ ਪੋਜ਼ੀਟਿਵ ਰੁੱਖ ਅਪਣਾਉਣਾ ਚਾਹੀਦਾ, ਸਾਨੂੰ ਐਨਰਜਿਕ ਹੋਣਾ ਚਾਹੀਦਾ, ਹੌਸਲੇ ਚੜ੍ਹਨਾ ਚਾਹੀਦਾ, ਚੜ੍ਹਦੀ ਕਲਾ ਚੜ੍ਹਨਾ ਚਾਹੀਦਾ, ਅਤੇ ਉਹਦੇ ਵਾਸਤੇ ਸਾਨੂੰ ਫਿਰ ਤੋਂ ਦੁਬਾਰਾ ਖੇਡ ਮੇਲੇ, ਸੱਭਿਆਚਾਰਕ ਮੇਲੇ ਅਤੇ ਨਗਰ ਕੀਰਤਨ, ਗੁਰੂ ਘਰਾਂ ਦੇ ਵਿੱਚ ਕੀਰਤਨ, ਇਸ ਤਰ੍ਹਾਂ ਪੂਰੀ ਸੰਗਤ ਜਾ ਕੇ, ਅਤੇ ਸਾਨੂੰ ਹੁਣ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ, ਜਿਹੜਾ ਬੰਦਾ ਜਿਸ ਤਰ੍ਹਾਂ ਵੀ ਲੈ ਸਕਦਾ, ਜੇ ਉਹ ਕੋਈ ਆਪਣਾ ਸਪੋਂਸਰ ਦੇ ਐਡਵਰਟਾਈਜਮੈਂਟ ਦੇ ਤੌਰ 'ਤੇ ਯੋਗਦਾਨ ਪਾ ਸਕਦਾ ਤਾਂ ਉਹ ਵੀ ਕਰ ਸਕਦੇ ਹੋ। ਸੋ ਕਿਸੇ ਵੀ ਗੱਲਬਾਤ ਵਾਸਤੇ ਖਾਸ ਤੌਰ 'ਤੇ ਅਸੀਂ ਇਹਦੀ ਸ਼ੁਰੂਆਤ ਕੀਤੀ ਹੈ, ਮਿਸ ਐਂਡ ਮਿਸਿਜ ਪੰਜਾਬਣ USA, ਇਹਦੇ ਬਾਰੇ ਕੋਈ ਵੀ ਬੀਬੀ ਭੈਣ ਬੱਚੀ ਸਾਡੀ ਪਾਰਟੀਸਪੇਟ ਕਰਨਾ ਚਾਹੁੰਦੀ ਹੈ ਤਾਂ ਜ਼ਰੂਰ ਸਾਨੂੰ ਸੰਪਰਕ ਕਰੋ, ਅਸੀਂ ਉਹਨਾਂ ਨੂੰ ਇਹਦੇ ਵਿੱਚ ਪਾਰਟੀਸਪੇਟ ਕਰਕੇ ਅਤੇ ਉਹਦਾ ਪ੍ਰਸਾਰਨ ਜਿਹੜਾ ਸਾਡਾ ਇਹ ਪੂਰੀ ਦੁਨੀਆ ਦੇ ਵਿੱਚ
ਦਿਖਾਇਆ ਜਾਊਗਾ ਜੀ ਅਤੇ ਨਾਲ ਦੀ ਨਾਲ ਸਿੱਧਾ ਪ੍ਰਸਾਰਣ ਵੀ ਉਸ ਫਾਈਨਲ ਦਾ ਦਿਖਾਵਾਂਗੇ ਪਹਿਲਾਂ ਵਾਲੇ ਜਿਹੜੇ ਨੇ ਰਿਕਾਰਡ ਕਰ ਕਰਕੇ ਦਿਖਾਵਾਂਗੇ ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਏਗਾ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਹੈਗਾ ਜੀ 209-718-784-0900 ਅਤੇ ਸੈੱਲ ਨੰਬਰ ਮੇਰਾ 209-450-3362 ਕਿਸੇ ਵੀ ਜਾਣਕਾਰੀ ਲਈ ਕਿਸੇ ਵੀ ਈਵੈਂਟ ਵਾਸਤੇ ਕਿਸੇ ਵੀ ਪ੍ਰੋਗਰਾਮ ਵਾਸਤੇ ਕਿਸੇ ਵੀ ਖੇਡ ਮੇਲੇ ਵਾਸਤੇ ਕਿਸੇ ਵੀ ਸੱਭਿਆਚਾਰਕ ਮੇਲੇ ਵਾਸਤੇ ਕਾਲ ਕਰ ਸਕਦੇ ਹੋ ਅਸੀਂ ਉੱਥੇ ਜ਼ਰੂਰ ਹਾਜ਼ਰ ਹੋਵਾਂਗੇ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।